ਕੇ ਨਿੱਤ ਹੀ ਨਵੇਂ ਤਮਾਸ਼ੇ ਲੋਕਾਂ ਦੇ ਵਿੱਚ ਵੰਡਦਾ ਹਾਸੇ ਕਰਕੇ ਨਿੱਤ ਹੀ ਨਵੇਂ ਤਮਾਸ਼ੇ ਬਾਰਾਂ ਵਿੱਚੋਂ ਚੌਵੀ ਘੰਟੇ ਰਹਿੰਦਾ ਹਾਂ ਪਰਸਨ ਚੱਲਾ ਨੰਬਰ ਵਨ ਮੈਂ ਹਾਂ ਚੱਲਾ ਨੰਬਰ ਵਨ ਹਾਂ ਚੱਲਾ ਨੰਬਰ ਵਨ ਮੈਂ ਹਾਂ ਚੱਲਾ ਨੰਬਰ ਵਨ ਚੱਲਾ ਨੰਬਰ ਵਨ ਮੈਂ ਹਾਂ ਚੱਲਾ ਨੰਬਰ ਵਨ ਚੱਲਾ ਨੰਬਰ ਵਨ ਮੈਂ ਹਾਂ ਚੱਲਾ ਨੰਬਰ ਵਨ ਉਹ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਡੱਡੂ ਉਹ ਫਿੱਟੇ ਮੂੰਹ ਤੇਰੇ ਉਹ ਪਤੰਦਰਾ ਬਾਰੀ ਬਰਸੀ ਖੱਟਣ ਤੂੰ ਕਿਹੜਾ ਟੌਂਗ ਲੈ ਕੇ ਜਾਣਾ ਸੀ ਉਹ ਤੂੰ ਖੱਟ ਕੇ ਤਾਂ ਕੋਈ ਚੱਜ ਦੀ ਚੀਜ਼ ਲੈ ਆਉਂਦਾ ਅਖੇ ਖੱਟ ਕੇ ਲਿਆਂਦੇ ਡੱਡੂ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਜਦੋਂ ਮੈਂ ਬਾਰੀ ਬਰਸੀ ਖੱਟ ਕੇ ਮੁੜਿਆ ਤਾਂ ਤੇਰੇ ਵਰਗਾ ਡੱਡੂ ਖਾਣਾ ਸੱਪ ਹੀ ਮਿਲਣਾ ਭਲਾ ਤੂੰ ਹੀ ਦੱਸ ਮੈਨੂੰ ਖੱਟਣ ਗਏ ਨੂੰ ਤੇਰੀ ਪਸੰਦ ਦੇ ਗੰਦ ਗਡੋਲੇ ਨਹੀਂ ਮਿਲੇ ਤਾਂ ਮੈਂ ਡੱਡੂ ਹੀ ਲਿਆਉਣੇ ਸੀ ਗੱਲਾਂ ਮਾਰਦਾ ਜਦੋਂ ਵੀ ਕੋਈ ਚੱਜ ਦਾ ਕੰਮ ਕਰਨ ਲੱਗੋ ਜਦੇ ਆ ਕੇ ਨੇਰਾ ਕੁੱਪ ਕਰ ਦਿੰਦਾ ਕਾਲਾ ਸ਼ਾਹ ਉਹ ਚੱਲਿਆ ਤੂੰ ਤਾਂ ਮੈਨੂੰ ਮਿਲਦੇ ਸਾਰੀ ਤਾਜ ਆ ਗਿਆ ਉਹ ਤੂੰ ਬੋਲੀ ਸੁਣਾ ਅੱਗੇ ਹੁਣ ਮੈਂ ਨਹੀਂ ਬੋਲਦਾ ਸਿਰਫ ਸੁਣੂਗਾ ਉਂਗਲ ਤੇ ਮੂੰਹ ਰੱਖ ਕੇ ਪਤਾ ਨੀ ਕੌਣ ਸਵੇਰੇ ਸਵੇਰੇ ਇਹਦਾ ਸੰਗਲ ਖੋਲ੍ਹ ਦਿੰਦਾ ਬਈ ਚਲੋ ਜੇ ਸੰਗਲ ਖੋਲ੍ਹਣਾ ਹੀ ਆ ਕਮ ਸੇ ਕਮ ਇਹਦੇ ਮੂੰਹ ਤੋਂ ਛਿੱਕੂ ਤਾਂ ਨਾ ਲਾਹੋ ਬਾਰੀ ਬਰਸੀ ਖੱਟਣ ਗਿਆ ਸੀ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਡੱਡੂ ਕਿਉਂ ਕਰਦਾ ਚਿੱਤ ਉਹ ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਡੱਡੂ ਚੜ ਗਈ ਮਿੱਤਰਾਂ ਨੂੰ ਅੰਤਾਂ ਦੀ ਖਰਮਸਤੀ ਚੜ ਗਈ ਮਿੱਤਰਾਂ ਨੂੰ ਅੰਤਾਂ ਦੀ ਖਰਮਸਤੀ ਚੜ ਗਈ ਮਿੱਤਰਾਂ ਨੂੰ ਅੰਤਾਂ ਦੀ ਖਰਮਸਤੀ ਵਾਹ ਏ ਕਲਮਾ ਦਿਆ ਵਾਰਸਾ ਤੂੰ ਪਵਾਵੇਂਗਾ ਮਿੱਤਰਾਂ ਨੂੰ ਛਿੱਤਰ ਤੂੰ ਫੇਰ ਰਿੰਗਿਆ ਆਦਤ ਜਾਂਦੀ ਨਹੀਂ ਰੱਸਾ ਚੱਬਣ ਦੀ ਗੱਲ ਸੁਣ ਏ ਵੱਡਿਆ ਸਿਆਣਿਆ ਮੈਂ ਬੋਲਾਂ ਨਾ ਤਾਂ ਹੋਰ ਕੀ ਕਰਾਂ ਨਾ ਤੇਰੀ ਬੋਲੀ ਦਾ ਕੋਈ ਮਤਲਬ ਨਿਕਲਦਾ ਏ ਨਾ ਕੋਈ ਕਾਫੀਆ ਜੁੜਦਾ ਏ ਗੱਲ ਜੀ ਨਹੀਂ ਬਣੀ ਓਏ ਗੱਲ ਚਾਹੇ ਬਣੇ ਚਾਹੇ ਨਾ ਕਾਫੀਆ ਚਾਹੇ ਜੁੜੇ ਚਾਹੇ ਨਾ ਮਤਵਲ ਚਾਹੇ ਨਿਕਲੇ ਚਾਹੇ ਨਾ ਓਏ ਬੋਲੀ ਸੁਣ ਕੇ ਖਰਮਸਤੀ ਜੀ ਤਾਂ ਲੜਨ ਲੱਗ ਹੀ ਜਾਂਦੀ ਆ ਓਏ ਇਹੋ ਜੀ ਬੋਲੀ ਕਿਤੇ ਸਟੇਜ ਤੇ ਜਾ ਕੇ ਨਾ ਪਾ ਦੀ ਹੁਣ ਲੋਕ ਬੜੇ ਸਿਆਣੇ ਆ ਉਹ ਤੇਰੀ ਖਰਮਸਤੀ ਦੂਏ ਲੋਟ ਹੀ ਲਾਉਣਗੇ ਇਹੋ ਜਿਹਾ ਮੌਕਾ ਤੁਸੀਂ ਸਾਂਭਿਆ ਕਰੋ ਮੂਹਰੇ ਹੋ ਕੇ ਹੋਰ ਤੁਹਾਡੇ ਵਰਗੇ ਯਾਰਾਂ ਨੂੰ ਫੋੜੇ ਤੇ ਲਾਉਣਾ ਰਗੜ ਕੇ ਦੇਖ ਤਾਂ ਗੱਲਾਂ ਕਰਦਾ ਉਹ ਪਿਛਲੀ ਵਾਰ ਝੱਲੇ ਦੀਆਂ ਝੱਲੀਆਂ ਕੈਸਟ ਵੇਲੇ ਮੈਂ ਤੈਨੂੰ ਕਿੰਨਾ ਸਮਝਾਇਆ ਸੀ ਤਾਂਹੀਓ ਲੋਕਾਂ ਨੇ ਦੇਖ ਕਿੰਨੀਆਂ ਤਾੜੀਆਂ ਮਾਰੀਆਂ ਸੀ ਬਾਈ ਆਫਟਰਆਲ ਮੈਂ ਵੀ ਪੰਜਾਬ ਦਾ ਸਟਾਰ ਹਾਂ ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ ਸਹੀ ਫਰਮਾਇਆ ਤੂੰ ਧੁੱਤਿਆ ਬਿਲਕੁਲ ਸਹੀ ਫਰਮਾਇਆ ਕੀ ਭਲਾ ਆਹੀ ਵੀ ਰਿੱਛ ਵੀ ਕਾਲਾ ਤੇ ਤੂੰ ਵੀ ਕਾਲਾ ਉਹ ਛੱਡ ਯਾਰ ਤੇਰੇ ਨਾਲ ਮਗਜ ਖਪਾਈ ਕਰਨਾ ਤਾਂ ਮੱਝ ਮੂਰੇ ਬੀਨ ਵਜਾਉਣ ਵਾਲੀ ਗੱਲ ਹੈ ਤੂੰ ਐ ਦੱਸ ਵੀ ਆ ਤੂੰ ਲਿਖਣ ਕੀ ਲੱਗਿਆ ਸਵੇਰੇ ਸਵੇਰੇ ਓਏ ਧੁੱਤਿਆ ਮੈਂ ਆਪਣੀ ਨਵੀਂ ਕੈਸਟ ਲਈ ਮੈਟਰ ਲਿਖਣ ਲੱਗਿਆ ਸੀ ਉਹ ਸੱਚੀ ਚੱਲਿਆ ਕੈਸਟ ਲਈ ਮੈਟਰ ਉਹ ਚੱਲਿਆ ਮੈਨੂੰ ਵੀ ਕੋਈ ਰੋਲ ਦੇ ਦੇਗਾ ਐਤਕੀ ਕੋਈ ਛੋਟਾ ਮੋਟਾ ਹੀ ਓਏ ਰੋਲ ਤਾਂ ਮੈਂ ਤੈਨੂੰ ਜਮਾ ਦੇਊਂ ਧੁੱਤਿਆ ਪਰ ਕੀ ਮੇਰਾ ਬਜਟ ਹਿੱਲ ਜਾਣਾ ਬਜਟ ਹਿੱਲ ਜਾਣਾ ਪਰ ਚੱਲਿਆ ਉਹ ਮੈਂ ਕਿਹੜਾ ਤੇ ਤੂੰ ਪੈਸੇ ਮੰਗਦਾ ਓਏ ਪੈਸੇ ਤੈਨੂੰ ਦੇਂਦਾ ਵੀ ਕੌਣ ਹੈ ਭੈੜੀਏ ਔਲਾਦੇ ਮੈਂ ਤੇਰੇ ਰੰਗ ਦੀ ਗੱਲ ਕਰਦਾ ਕਾਲਾ ਅੱਛਾ ਕਿਉਂ ਕਾਲੇ ਰੰਗ ਦੇ ਬੰਦੇ ਕਿਤੇ ਕਲਾਕਾਰ ਨਹੀਂ ਬਣ ਸਕਦੇ ਨਾਲੇ ਕਾਲੇ ਰੰਗ ਨਾਲ ਬੈਠਦਾ ਕੀ ਸੰਬੰਧ ਹੈ ਸੰਬੰਧ ਕਿਉਂ ਨੀ ਤੈਨੂੰ ਪਤਾ ਮੇਰੀ ਸ਼ੂਟਿੰਗ ਹੈ ਰਾਤ ਨੂੰ ਓਏ ਪਤੰਦਰਾ ਤੂੰ ਤਾਂ ਸਿਖਰ ਦੁਪਹਿਰੇ ਖੜਾ ਨਹੀਂ ਦੀਂਦਾ ਰਾਤ ਨੂੰ ਤੈਨੂੰ ਦੇਖਣ ਦਿਖਾਉਣ ਲਈ 10 ਵੱਡੀਆਂ ਸਰਚ ਲਾਈਟਾਂ 10 ਕਿਲੋ ਟੈਲਕਮ ਪਾਊਡਰ 2 ਕਿਲੋ ਕਰੀਮ 2 ਦਰਜਨ ਰੇਡੀਅਮ ਪੇਪਰ 750 ਬਸ ਰਹਿਣ ਦੇ ਵੱਡਾ ਅੰਗਰੇਜ਼ ਐਵੇਂ ਮੇਰੇ ਤੇ ਤਵਾ ਲਾਈ ਜਾਣਾ ਮੈਂ ਤੇਰੇ ਤੇ ਤਵਾ ਕਿੱਥੇ ਲਾਉਣਾ ਤੂੰ ਤਾਂ ਖੜਾ ਹੀ ਸ਼ੀਸ਼ੇ ਮੂਹਰੇ ਆ ਉਹ ਮਾੜਾ ਮੋਟਾ ਸ਼ਰਮ ਲਿਆਜ ਕਰ ਅੱਧਾ ਘੰਟਾ ਹੋ ਗਿਆ ਤੇਰੇ ਕੋਲ ਆਏ ਨੂੰ ਉਹ ਨਾ ਕੋਈ ਚਾਹ ਨਾ ਕੋਈ ਪਾਣੀ ਉਹ ਰਾਮੂ ਆ ਅੰਦਰੋਂ ਪਾਣੀ ਦਾ ਗਲਾਸ ਲਿਆਈ ਕਿਰਾ ਵਿੱਚ ਇੱਕ ਚਮਚਾ ਖੰਡ ਵੀ ਪਾ ਲਈ ਉਹ ਚੱਲਿਆ ਇਹ ਕੀ ਪਾਣੀ ਦੇ ਗਲਾਸ ਵਿੱਚ ਖੰਡ ਦਾ ਚਮਚਾ ਓਏ ਧੁੱਤਿਆ ਅੱਜ ਕੱਲ ਗੈਸ ਸਿਲੰਡਰਾਂ ਦੀ ਬੜੀ ਕਿੱਲਤ ਚੱਲਦੀ ਆ ਆ ਤੂੰ ਹੀ ਪਾਣੀ ਨੂੰ ਭੋਰਾ ਘੂਰ ਕੇ ਵੇਖ ਲਈ ਚਾਹ ਬਣ ਜੂ ਚੱਲਿਆ ਤੇਰੇ ਨਾਲ ਜਿੱਦਣ ਦਾ ਕੋਈ ਫਾਇਦਾ ਨਹੀਂ ਮੂਰਖ ਕੋ ਸਮਝਾਈਏ ਘਰ ਪਈਏ ਕਾ ਜਾਏ ਚੱਲ ਤੂੰ ਛੱਡ ਇਹਨਾਂ ਗੱਲਾਂ ਨੂੰ ਤੂੰ ਆ ਕਾਪੀ ਪੈਨ ਮੈਨੂੰ ਫੜਾ ਦੇਖਾਂ ਤਾਂ ਤੂੰ ਨਵੀਂ ਕੈਸਟ ਬਾਰੇ ਕੀ ਲਿਖਿਆ ਹੈ ਪਰੇ ਹਟ ਪਰੇ ਮਸਾਂ ਮੈਂ ਟੋਟ ਕੇ ਲੱਭ ਲਿਖਦਾ ਤੂੰ ਤਾਂ ਕਾਲਾ ਜਿਹਾ ਹੱਥ ਫੇਰ ਕੇ ਮੇਰਾ ਕਾਗਜ਼ੀ ਕਾਲਾ ਕਰ ਦੇਗਾ ਓਏ ਬਾਜ ਆ ਜਾ ਬਾਜ ਆ ਜਾ ਹਟ ਜਾ ਮੇਰੇ ਰੰਗ ਤੇ ਤਵਾ ਲਾਉਣੋ ਤੇਰੇ ਰੰਗ ਤੇ ਤਵਾ ਲੱਗਣ ਤੋਂ ਪਹਿਲਾਂ ਤਵਾ ਸਵਾਹ ਚ ਜਾ ਲੁਕਦਾ ਸ਼ਰਮ ਨਾਲ ਮੈਂ ਤੇਰੇ ਰੰਗ ਤੇ ਤਵਾ ਕੀ ਲਗਾਉਣਾ ਉਹ ਗੱਲ ਸੁਣੇ ਵੱਡਿਆ ਅੰਗਰੇਜ਼ਾ
जे मेरा रंग काला है एदे विच मेरा की कसूर है? कसूर आपदी बेबे नू पुछ जिनू हरेक चीज राड के पकाउंदी आदत है। ओ गल सुन, तू एवें जवानी दे बुलबुले वांगू वधदा ही जाना है, वधदा ही जाना है। मैं तेरा धुआं कर दूं। धुआं तां तेरे महल्ले चो उदन ही बथेरा निकलिया सी जिद्दां तू जम्मिया सी। लोकां दी अखां चो हफ्ता पानी नहीं सी सुक्या तेरी धुआख नाल। वेखदा की आ, बुढ़िया रोज तेरी बेबे नू कहिंदियां सी वी धन कुरे तू मुंडा जम्मै के रद्दी टायर साण दा ठेका लिया। यार हद हो गई तेरे वाली वी, मैं चलिया। जरा परा होके चली, किते अंदर ही भब्बल ना ता दी, मैं हुणे नहा के आया। चंगा फिर। ओ माई डियर तूते, ओए तू तां गुस्सा कर गया। ओ यार तैनू ते पता है मेरी लुतरो नहीं टिकदी, बथेरा कंट्रोल करदा पर फिसली जांदी आ। फिसल जांदी है इहदी लुतरो, तेरी ऐसे लुतरो करके तू हुण तक छड़ा फिरदा है, हुणू व्याह ना हो जांदा तेरा। ओए तूतिया व्याह ते हो जाना सी मेरा, पर कोई कारोबार सेट ना होण करके कुड़ी वाले जवाब देगे। ओ अज कल थां थां ते तांत्रिक बैठे आ, जां किसे होर साध सूद नू अपनी कुंडली दस पुछ लिंदा। आपदी बेही सलाह आपदे कोल ही रख। मैं गया सी बाबा बुथी चट कोल, मैं गया बाबा जी कोई जेहा मंत्र मारो जिहदे नाल मेरा व्याह हो जे। फिर की कहिंदा बाबा? बाबा कहिंदा, भगता जे कोई जेहा मंत्र हुंदा फिर कमलिया मैं साधका तो बनदा। वाकिया चलिया, कुछ नहीं हुंदा इन्ना साधा संतां कोल, जादू मंत्रां दी माड़ी मोटी कला हुंदी आ, जिहदे आसरे भोले भाले लोकां नूं बुद्धू बना के अपना तोरी फुलका चलाई रखदे आ। हाथ दी सफाई हुंदी आ सारी। तूतिया हाथ दी सफाई भी कोई आम खास बंदा नहीं विखा सकदा। क्यों? हाथ दी सफाई तां मेरा बापू भी दिखाउंदा हुंदा सी, बड़े शो कीते उहने स्कूलां विच। पर मैं सुणिया हरेक वारी उहदी सफाई फड़ी जांदी सी। जा ओए जा, जे मैं अपने बापू दीआं गल्लां दस्सां तां तूं हैरान रहि जाएगा। बापू दीआं गल्लां? हां, जदों मेरे बापू दा व्याह होया ओह मेरी बेबे कोल गया ते देख लै मैं हो गया। ओए फिर सवा जादू आ, जादू तां इहनूं तां मन्नदे वी व्याह तों बाद तेरा बापू तेरी बेबे कोले जांदा ही ना ते तूं फेर हुंदा। ओए तूं करदा विदेशी जादू दी गल, भरावा इह इंडिया इंडिया अमरीका नहीं। ओए अमरीका दे हथ दी सफाई दा तां कहने की आ, उत्थे तां साइंस अते टेक्नोलॉजी दा जादू चलदा है। तैनू पता पिछे जे मैं अमरीका गया सी? आहो भाई, जांदे दा ही मेरा एक्सीडेंट हो गया, मेरी खब्बी अख ही निकल गई सी, पर सदके जाइए उत्थों दे डाक्टरां दे, उन्होंने तुरंत मेरे नवी अख लाती। अख भी की दी? अमरीका दे फिल्म निर्देशक टिमी जार्डन दी, जड़ा उदों ताजा ताजा ही मरिया सी। ताइयों एक चीज तेरी सज्जी अख विच हैगी आ ते खब्बी जैनी। केड़ी चीज? शर्म। ताही मैं हुण समझिया। हैं, की समझिया? ओए तूतिया आही भी जदों मैं कोई मलका शरावत वर्गी कुड़ी वेखदा है तां मेरी खब्बी अख खुली रहिंदी आ ते सज्जी अख शर्म नाल बंद हो जांदी आ। फेर तां चलिया, तेरी अमेरिकन अख तेरे इंडियन छित्र भी बड़े पवांदी होऊ। लैन लगी रहिंदी आ साडे घर दे बाहर कुड़ियां दी। इंडियन छित्रां दा ब्रांड एम्बेसडर तू ही होवेगा, पुरानी जेल दे जंगाले जिंदरे अर्गा काला मूह आ गल्लां करदा है। ना तू जे अपने आप नूं सन्नी देओल समझदा है तां असीं भी किसे तों घट नहीं, साडी गल भी कुछ होर ही आ मित्रा। तेरी गल होर होण करके ही मैं तैनूं इक सलाह दिंदा है, बिलकुल मुफ्त। मुफ्त सलाह? ओ केड़ी? तू रोज पाइया मच्छी खा के उपरों अद्धा किलो दुध पिया कर। ओए कातो तू मेरे फुलवैरी करौनी है? ओ चल 50% ता चिट्टा हो ही जाएगा फुलवैरी नाल, नाले मौसम सहाना जा होजू, ऐ लगू जिवें काली रात नूं अंबरां ते बदल छाए हुंदे आ, नाले कुड़ी चिड़ी भी झाक लिया करू बहाने नाल। ओए कुड़ी चिड़ी दे बच्चा, ओए मैं ता जिथों लंघ जाना हफ्ता बो नहीं जांदी। ओए बो नहीं, मैनू वेख के ता सोहणियां सोहणियां कुड़ियां नक ते रुमाल रख लैंदियां। ओए बेवकूफा, कुड़ियां मैनू प्यार नाल कुत्ता कह के पुचकारदियां ने। भौंकना बंद कर ओए, कई कुड़ियां ता घरदिया तो चोरी मैनू रात दी बेही रोटी भी पा के जांदियां। ओए चलिया, तू की जानदा मेरे कोल किन्नियां कुड़ियां दे सैंडल सांभे पए ने। ओ सैंडल नहीं बेअकला, लैटर लैटर सांभे पए ने, उन्हां विच सोहणे सोहणे शेर भी लिखे हुंदे आ, सुनावा? सुना। लै फिर एक कुड़ी दा शेर सुन, असी इश्क दा गारा लाया वे। वाह वाह, किन्ना सस्ता शेर है। एक प्यार दा महल बनाया वे, उते नजर वट्टू दी थां तूते असी फोटू तेरा चमकाया वे। ओए टल जा, ओए टल जा, एक कुड़ी दा होर शेर सुन, मेरे यार कलैरी मोरा वे। वाह, मेरे यार कलैरी मोरा वे, तैनू केड़े मिला बहाने वे, टै जानिया तूतिया खोत्या वे तेरे कुत्तिया नाल जराने वे। ओए तूतिया तैनू वे के मैनू एक शेर याद आ गया, सुनावा? वड्डा शायर। सो अर्ज किया है,
ਬਈ ਹੱਸਦੀ ਸੀ ਹਸਾਉਂਦੀ ਸੀ ਕਦੇ ਤੱਕਦੀ ਸੀ ਕਦੇ ਸ਼ਰਮਾਉਂਦੀ ਸੀ ਜਦੋਂ ਕਿਸੇ ਹੋਰ ਨਾਲ ਨਿਕਲ ਗਈ ਫੇਰ ਪਤਾ ਲੱਗਿਆ ਵੀ ਸੌਰੀ ਬੁੱਧੂ ਬਣਾਉਂਦੀ ਸੀ ਉਹ ਚੱਲਿਆ ਤੂੰ ਤਾਂ ਬਸ ਹੀਰੋ ਨੰਬਰ 1 ਹੈ ਜਾ ਓਏ ਜਾ ਤੈਨੂੰ ਵੇਖ ਕੇ ਤਾਂ ਵੱਡੇ ਵੱਡੇ ਵਿਲਣਾ ਨੂੰ ਭਜਣਾ ਪੈ ਜਾਂਦੀਆਂ ਹੁਣ ਤੂੰ ਮੇਰੀ ਗੱਲ ਸੁਣੇਗਾ ਕਿ ਨਹੀਂ ਓਏ ਤੇਰੀਆਂ ਹੀ ਗੱਲਾਂ ਸੁਣਦਾ ਹੋਰ ਇੱਥੇ ਕਿਹੜਾ ਕੋਈ ਓ ਬਸ ਗਾਹਾਂ ਤੂੰ ਕੋਈ ਘਟਿਆ ਜਿਹੀ ਗੱਲ ਕਰਨੀ ਆ ਮੈਂ ਤਾਂ ਤੈਨੂੰ ਇਹ ਗੱਲ ਕਹਿਣੀ ਚਾਹੁੰਦਾ ਬਈ ਤੂੰ ਬੜਾ ਕਮੀਨਾ ਬੰਦਾ ਹੈ ਨਾ ਹੋਰ ਤੂੰ ਸਮਝਿਆ ਵੀ ਤੂੰ ਕੱਲਾ ਹੀ ਹੈ ਏ ਬੇਵਕੂਫਾ ਮੈਨੂੰ ਮੇਰੀ ਮਾਂ ਚੰਨ ਕਹਿ ਕੇ ਬੁਲਾਉਂਦੀ ਸੀ ਓਏ ਵੈਸਟ ਇੰਡੀਜ਼ ਵੱਲੋਂ ਚੜੇ ਹੋਏ ਚੰਨਾ ਅਸਲ ਵਿੱਚ ਉਹ ਵੀ ਲੋਕਾਂ ਵਾਂਗੂ ਤੇਰੇ ਬਾਪੂ ਨੂੰ ਤਾਨੇ ਮਾਰਦੀ ਸੀ ਬਈ ਧੂਤੇ ਦੇ ਬਾਪੂ ਆ ਤੂੰ ਕੀ ਚੰਨ ਚੜਿਆ ਓ ਜਿੰਨਾ ਮਗਜ ਤੂੰ ਪੁੱਠੀਆਂ ਸਿੱਧੀਆਂ ਗੱਲਾਂ ਤੇ ਮਾਰਦਾ ਹੈ ਜੇ ਉਹਨਾਂ ਆਪਣੇ ਕਾਰੋਬਾਰ ਤੇ ਖਪਾਵੇਂ ਤਾਂ ਬੰਦਾ ਬਣ ਜੇ ਓਏ ਕਾਰੋਬਾਰ ਦੀ ਆਪਾਂ ਨੂੰ ਕੋਈ ਪਰਵਾਹ ਨਹੀਂ ਹੈ ਮਹੀਨੇ ਦੀ ਮੇਰੀ 30,000 ਰੁਪਇਆ ਤਨਖਾਹ ਹੈ ਤੇਰੀ ਮਹੀਨੇ ਦੀ 30,000 ਰੁਪਏ ਤਨਖਾਹ ਪਰ ਤੂੰ ਕੰਮ ਕੀ ਕਰਦਾ ਹੈ ਕੰਮ ਕੋਈ ਨਹੀਂ ਸਿਰਫ ਵਿਹਲੇ ਰਹਿਣਾ ਹੁੰਦਾ ਪਰ ਤੈਨੂੰ ਵਿਹਲੇ ਨੂੰ ਤਨਖਾਹ ਦੇਊ ਕਿਹੜਾ ਪੜਵਾ ਬਸ ਧੋਤਿਆ ਵਿਹਲੇ ਬਹਿ ਕੇ ਆਹ ਹੀ ਸੋਚਣਾ ਹੁੰਦਾ ਬਈ ਤਨਖਾਹ ਦੇਊ ਕਿਹੜਾ ਚੱਲਿਆ ਮੈਨੂੰ ਤੇਰੀਆਂ ਸਾਰੀਆਂ ਗੱਲਾਂ ਪਸੰਦ ਹੈ ਪਰ ਤੇਰੀ ਇੱਕ ਗੱਲ ਮੈਨੂੰ ਚੰਗੀ ਨਹੀਂ ਲੱਗਦੀ ਜਿਹੜੀ ਤੂੰ ਹਰੇਕ ਗੱਲ ਕਿੰਡੇ ਵਾਂਗੂ ਮਸਾਲਾ ਲਾ ਕੇ ਕਰਦਾ ਨਾ ਤੂੰ ਕਿੰਡੇ ਨੂੰ ਉਹੀ ਸਮਝਦਾ ਅਗਲੇ ਦੀ ਲੰਬੂ ਨਾਲ ਸਿੱਧੀ ਗੱਲਬਾਤ ਹੈ ਲੰਬੂ ਨਾਲ ਉਹ ਰਹਿਣ ਦੇ ਇਹੋ ਜਿਹੀਆਂ ਟਰਪੱਲੀਆਂ ਮਾਰਨ ਨੂੰ ਕਿੱਥੇ ਅਮਿਤਾਭ ਬੱਚਨ ਬਾਲੀਵੁੱਡ ਦਾ ਐਡਾ ਵੱਡਾ ਸਟਾਰ ਤੇ ਕਿੱਥੇ ਕਿੰਡਾ ਟ੍ਰੈਫਿਕ ਪੁਲਿਸ ਦਾ ਸਿਪਾਹੀ ਉਹਦੀ ਅਮਿਤਾਭ ਬੱਚਨ ਨਾਲ ਕਿਵੇਂ ਸਿੱਧੀ ਗੱਲਬਾਤ ਹੋਈ ਤੈਨੂੰ ਪਤਾ ਪਿੱਛੇ ਜੇ ਅਮਿਤਾਭ ਬੱਚਨ ਚੰਡੀਗੜ੍ਹ ਆਇਆ ਹੋਇਆ ਸੀ ਭਾਈ ਉਹਨੇ ਸ਼ੂਟਿੰਗ ਲਈ ਸ਼ਿਮਲੇ ਜਲਦੀ ਪਹੁੰਚਣਾ ਸੀ ਪਰ ਉਹ ਚੰਡੀਗੜ੍ਹ ਦੇ ਮਾਊਂਟ ਵਿਊ ਹੋਟਲ ਵਿੱਚੋਂ ਨਿਕਲਦਾ ਨਿਕਲਦਾ ਹੀ ਲੇਟ ਹੋ ਗਿਆ ਅਖੀਰ ਜਦੋਂ ਗੱਡੀ ਤੁਰੀ ਲੰਬੂ ਆਪਣੇ ਡਰਾਈਵਰ ਨੂੰ ਕਹਿੰਦਾ ਵੀ ਔਰ ਤੇਜ਼ ਡਰਾਈਵਰ ਨੇ ਗੱਡੀ 60 ਤੇ ਕਰ ਲਈ ਲੰਬੂ ਕਹਿੰਦਾ ਔਰ ਤੇਜ਼ ਡਰਾਈਵਰ ਨੇ ਗੱਡੀ 80 ਤੇ ਕਰ ਲਈ ਲੰਬੂ ਫੇਰ ਕਹਿੰਦਾ ਵੀ ਔਰ ਤੇਜ਼ ਅੱਛਾ ਫਿਰ ਫਿਰ ਕੀ ਡਰਾਈਵਰ ਕਹਿੰਦਾ ਸਾਹਿਬ ਜੀ ਇਸੇ ਜ਼ਿਆਦਾ ਤੇਜ਼ ਗਾੜੀ ਮੈਂ ਨਹੀਂ ਚਲਾ ਸਕਦਾ ਫਿਰ ਕੀ ਹੋਇਆ ਲੰਬੂ ਕਹਿੰਦਾ ਵੀ ਤੂੰ ਪਿੱਛੇ ਬੈਠ ਗੱਡੀ ਮੈਂ ਚਲਾਉਣਾ ਲੰਬੂ ਨੇ ਕਰਤੀਆਂ ਫੁੱਲ ਸਪੀਡਾਂ ਗਾ ਮਟਕਾ ਚੌਂਕ ਵਿੱਚ ਲੱਗੀ ਸੀ ਕਿੰਡੇ ਦੀ ਡਿਊਟੀ ਲੰਬੂ ਨੂੰ ਡਾਣ ਬਣਿਆ ਆਉਂਦਾ ਵੇਖ ਕੇ ਕਿੰਡੇ ਦੇ ਅਫਸਰ ਨੇ ਕਿੰਡੇ ਨੂੰ ਹੁਕਮ ਦੇਤਾ ਬਈ ਉਹ ਗੱਡੀ ਰੋਕ ਕੇ ਉਹਦੇ ਕਾਗਜ਼ ਲੈ ਕੇ ਆ ਉਹਦਾ ਚਲਾਨ ਕਰੀਏ ਫਿਰ ਫਿਰ ਕੀ ਭਾਈ ਕਿੰਡਾ ਗਿਆ ਹਿੱਕ ਜੀ ਤਾਣ ਕੇ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਲੰਬੂ ਨੇ ਮਾਰੇ ਬ੍ਰੇਕ ਕਿੰਡੇ ਨੇ ਪਹਿਲਾਂ ਪਿਛਲੀ ਵਾਰੀ ਵਿੱਚ ਵੇਖਿਆ ਡਰਾਈਵਰ ਨੇ ਲੰਬੂ ਵੱਲ ਇਸ਼ਾਰਾ ਕਰਤਾ ਭਾਈ ਕਿੰਡਾ ਮੂਹਰਲੀ ਤਾਕੀ ਵੱਲ ਨੂੰ ਹੋ ਤੁਰਿਆ ਹਿੱਕ ਜੀ ਤਾਣ ਕੇ ਕਿੰਡਾ ਕਹਿੰਦਾ ਲਿਆ ਗੱਡੀ ਦੇ ਕਾਗਜ਼ ਤੈਨੂੰ ਪਤਾ ਨੀ ਇਹ ਚੰਡੀਗੜ੍ਹ ਆ ਚੰਡੀਗੜ੍ਹ ਆ ਸ਼ੀਸ਼ਾ ਨੀਵਾਂ ਕਰ ਕੌਣ ਹੈ ਤੂੰ ਲੰਬੂ ਨੇ ਡਰਾਈਵਰ ਸਾਈਡ ਦਾ ਸ਼ੀਸ਼ਾ ਨੀਵਾਂ ਕੀਤਾ ਤੇ ਕਹਿੰਦਾ ਰਿਸ਼ਤੇ ਮੈਂ ਤੁਮ ਤੁਹਾਰੇ ਬਾਪ ਹੋਤੇ ਹੈਂ ਨਾਮ ਹੈ ਸ਼ਹਿਨਸ਼ਾਹ ਭਾਈ ਉੱਡ ਗਏ ਤਿੱਤਰ ਕਿੰਡੇ ਦੇ ਉਹ ਤੌਰ ਭੋਰ ਜਿਹਾ ਹੋਇਆ ਆਪਦੇ ਅਫਸਰ ਕੋਲ ਮੁੜ ਆਇਆ ਆ ਕੇ ਕਹਿੰਦਾ ਜਨਾਬ ਆਪਾਂ ਇਹਦਾ ਚਲਾਨ ਨਹੀਂ ਕਰ ਸਕਦੇ ਇਹਦਾ ਬਹੁਤ ਅਮੀਰ ਬੰਦਾ ਹੈ ਅਫਸਰ ਗੁੱਸੇ ਵਿੱਚ ਕਹਿੰਦਾ ਅਮੀਰ ਨੂੰ ਇਹ ਕਿਤੇ ਲਿਬੜੇ ਵਾਲਾ ਸਰਦਾਰ ਹੈ ਤੂੰ ਕਾਗਜ਼ ਲਿਆ ਉਹਦੇ ਫੜ ਕੇ ਕਿੰਡਾ ਹੱਥ ਜੋੜ ਕੇ ਕਹਿੰਦਾ ਜਨਾਬ ਜਾਣ ਦੋ ਆਪਾਂ ਕਾਹਨੂੰ ਪੰਗਾ ਲੈਣਾ ਇਹਦੇ ਨਾਲ ਇਹਦਾ ਲਿਬੜੇ ਵਾਲੇ ਸਰਦਾਰ ਤੋਂ ਵੀ ਅਮੀਰ ਹੈ ਆਪਾਂ ਇਹਦਾ ਚਲਾਨ ਨਹੀਂ ਕਰ ਸਕਦੇ ਅਫਸਰ ਕਹਿੰਦਾ ਬਈ ਇਹ ਕਿਤੇ ਟਾਟਾ ਬਿਰਲਾ ਤੂੰ ਕਾਗਜ਼ ਫੜੇ ਦੇ ਕਿੰਡਾ ਕਹਿੰਦਾ ਜਨਾਬ ਤੁਸੀਂ ਆਪ ਹੀ ਸੋਚੋ ਬਈ ਜਿਹਨੇ ਅਮਿਤਾਭ ਬੱਚਨ ਨੂੰ ਡਰਾਈਵਰ ਰੱਖਿਆ ਹੋਇਆ ਉਹ ਕਿੰਨਾ ਅਮੀਰ ਆਦਮੀ ਹੋਊ ਉਹ ਚੱਲਿਆ ਸਿਆਣੇ ਐਵੇਂ ਨਹੀਂ ਕਹਿੰਦੇ ਬਈ ਪੜ੍ਹਾਈ ਜ਼ਰੂਰੀ ਆ ਜੇ ਕਿੰਡਾ ਪੜਿਆ ਲਿਖਿਆ ਹੁੰਦਾ ਤਾਂ ਉਹ ਵੀ ਮੌਕੇ ਦੀ ਨਜ਼ਾਕਤ ਸਮਝ ਲੈਂਦਾ ਓਏ ਧੂਤਿਆ ਸ਼ੁਕਰ ਕਰ ਬਈ ਕਿੰਡਾ ਮਾੜਾ ਮੋਟਾ ਪੜ ਕੇ ਪੁਲਿਸ ਵਿੱਚ ਭਰਤੀ ਹੋ ਗਿਆ ਆਰੇ ਲੱਗ ਗਿਆ ਨਹੀਂ ਤਾਂ ਗਰੀਬਾਂ ਦੀ ਪੜ੍ਹਾਈ ਪੜੂਈ ਕੀ ਹੁੰਦੀ ਆ ਨਾਲੇ ਗਰੀਬ ਨੇ ਪੜ ਕੇ ਕਰਨਾ ਵੀ ਕੀ ਆ ਕਿਉਂ ਗਰੀਬਾਂ ਨੇ ਪੜ ਲਿਖ ਕੇ ਕਿਉਂ ਨਹੀਂ ਕੁਝ ਕਰਨਾ ਹੁੰਦਾ ਬਈ ਦੇਖ ਅਮੀਰ ਤਾਂ ਆਪਣੇ ਬੱਚਿਆਂ ਨੂੰ ਤਾਂ ਪੜਾਉਂਦੇ ਆ ਬਈ ਉਹਨਾਂ ਨੇ ਵੱਡੇ ਹੋ ਕੇ ਪਾਇਲਟ ਬਣਨਾ ਹੁੰਦਾ ਤੇ ਗਰੀਬ ਦੇ ਬੱਚੇ ਤਾਂ ਬਿਨਾਂ ਪੜੇ ਲਿਖੇ ਤੋਂ ਜਹਾਜ਼ ਬਣ ਜਾਂਦੇ ਨੇ ਜਹਾਜ਼ ਆਹੋ ਭੁੱਕੀ ਵੇਚਣ ਵਾਲੇ ਨੂੰ ਸਾਰੇ ਅਮਲੀ ਪਿੰਡ 'ਚ ਜਹਾਜ਼ ਹੀ ਕਹਿੰਦੇ ਆ ਨਾਜਰਾ ਮੈਂ ਸੁਣਿਆ ਅੱਜ ਪਿੰਡ 'ਚ ਜਹਾਜ਼ ਉਤਰਨਾ ਉਹ ਰਹਿਣ ਦੇ ਉਹ ਰਹਿਣ ਦੇ ਮਗਜ ਮਾਰ ਨੂੰ ਬਥੇਰੇ ਲੋਕ ਗਰੀਬੀ ਦੀ ਦਲਦਲ 'ਚ ਉੱਠ ਕੇ ਪੜ੍ਹਾਈ ਲਿਖਾਈ ਦੇ ਆਸਰੇ ਵਿਸ਼ਵ ਪੱਧਰ ਤੇ ਆਪਣਾ ਨਾਂ ਬਣਾ ਗਏ ਹੋਰ ਤੇਰੇ ਵਰਗੇ ਝੁੱਡੂ ਨੇ ਕੀ ਨਾਂ ਬਣਾਉਣਾ ਹੈ ਝੂਠੀਆਂ ਅਰਜ਼ੀਆਂ ਲਿਖ ਲਿਖ ਕੇ ਸਕੂਲੋਂ ਛੁੱਟੀਆਂ ਲੈਣ ਵਾਲੇ ਨੇ ਕਦੇ ਦਾਦਾ ਮਾਰ ਦੇਣਾ ਕਦੇ ਨਾਨਾ ਮਾਰ ਦੇਣਾ ਤੇ ਕਦੇ ਮਾਮਾ ਮਾਰ ਦੇਣਾ ਯਾਦ ਹੈ ਜਦੋਂ ਆਪਾਂ 7th ਚ ਪੜ੍ਹਦੇ ਹੁੰਦੇ ਸੀ ਕੀ ਹੋਇਆ ਸੀ ਤੇਰੇ ਨਾਲ ਜਦੋਂ ਹਿਸਾਬ ਵਾਲੇ ਮਾਸਟਰ ਨੇ ਪੁੱਛਿਆ ਸੀ ਕੀ ਪੁੱਛਿਆ ਸੀ ਉਹ ਚੱਲਿਆ ਤੂੰ ਕੱਲ ਪੜ੍ਹਨ ਕਿਉਂ ਨਹੀਂ ਆਇਆ ਜੀ ਜੀ ਮਾਸਟਰ ਜੀ ਜੀ ਕੱਲ ਨਾ ਜੀ ਮੇਰਾ ਦਾਦਾ ਮਰ ਗਿਆ ਸੀ ਜੀ ਨਾਲੇ ਜੀ ਮੈਂ ਅਰਜੀ ਤਾਂ ਭੇਜੀ ਸੀ ਜੀ ਆ ਗੁੰਗਿਆਂ ਦੇ ਤਿੱਤਰੂ ਕੋਲ ਅਰਜੀ ਭੇਜੀ ਸੀ ਤਿੱਤਰੂ ਕੋਲ
ना पला मैनू आए दस भी तेरा दादा मर के केड़ी जून च पिया हो माइटर जी मैनू की पता हो भी हुण मेरा दादा भूत प्रेत बनया होऊगा जां बांदर बनया होऊगा के कुत्ता बनया होऊगा जी। मेरे हिसाब नाल तेरे दादा जी फिर दोबारा तेरे दादा जी दी जून च पै गए। आए किवें होजू माइटर जी? क्योंकि ए आए तां होजू के इस वेले भी तेरे दादा जी तेरे पिछे ही खड़े ने। ओए चलिया तू तां मैनू जाउंदे जी मार छड्डिया। ओए चलिया तू स्कूलों छुट्टी तां मारनी हुंदी सी पर जिदन कि भुल भुलेखे स्कूल भी जाता सी उदन कड़ा टाइम नाल पहुंच जाता सी 9 बजे की थां ते 10 बजे स्कूल पढ़ता सी। इहदे विच तू त्या मेरा की कसूर है? मैं घरों तां स्कूल नूं जल्दी तुरदा सी पर स्कूल कोल उन्हां ने लिख के आप ही एडा वड्डा बोर्ड लाया हुंदा सी। बोर्ड लिखिया हुंदा सी ओह किहड़ा? हौली चलो अगे स्कूल है। मैं हौली हो जांदा सी इहदे विच मेरा की कसूर है? ठीक है पुत्रा तेरा भी कसूर नहीं कसूर तां स्कूल दा ही है जिन्हें तेरे वर्गे झले नूं झला नंबर 1 ही बनिया रहन दिता। जे तू स्कूल सही जांदा हुंदा तां कोई महान विद्वान फिलासफर अफसर जां कोई खोजी साइंसदान बनिया हुंदा। बंद कर ओए आपदा भाषण वड्डा साइंसदान ना तू की जानदा मेरियां खोजां नूं। मैं तां इक अजिही खोज कीती आ जिहदे नाल कंध दे आर पार देखा जा सकदा है। कंध दे आर पार देखा जा सकदा है? ओए एहो जी तू केड़ी खोज कीती है? मोरी मैं कंध च मोरी कीती आ। एहो जिहियां खोजां तां चूहे भी कर लैंदे ने। तैं कीती आ कोई? ओए बेवकूफा मैं तां तैनूं कहिंदा सी बई जे तू पढ़ लिख जांदा तां तैनूं देश दुनिया दा पता होना सी इतिहास दा पता होना सी। इतिहास दा पता होना सी? ओए इतिहास दी जानकारी तां सानूं स्कूल पढ़दिआं तों ही बहुत है। ओ सदके ओ तेरी इतिहासक जानकारी दे याद है तैनूं जदों अपने स्कूल विच इक वारी डीओ साहब आए सी उहनां ने तैनूं की पुछिआ सी? हां वी काका तूं इह दस वी झांसी दी राणी ने पहला युद्ध किस नाल ते कित्थे कीता सी? जी झांसी दी राणी ने जी माइटर जी पहला युद्ध तलवार नाल कीता सी जी ते इह युद्ध मेरे ख्याल च उहने जंग दे मैदान च कीता सी जी। चलो कोई गल नहीं तू ये दस भी अकबर की दा मुंडा सी? वाटर जी अकबर आपदे पापे दा मुंडा सी जी। अच्छा तू पंजाबी दे एक वाक दी अंग्रेजी बना। वाक है बुढ़ा बीड़ी पींदा है बना अंग्रेजी। स्वामी रामदेव जी तो यही कहिंदे जी बीड़ी पीनी मतलब सेहत लई ठीक नहीं जी। हां जी बुढ़ा बीड़ी पींदा है। तू ये दस भी महीने च किन्ने दिन हुंदे ने? जी महीने च 7 दिन हुंदे आ जी सोमवार मंगलवार बुधवार वीरवार शुक्रवार शनिवार ते ऐतवार। ते मास्टर जी ऐतवार सारे दिनां नूं वधिया हुंदा जी उस दिन स्कूलों छुट्टी हुंदी आ। ते काका हुण कुछ हिसाब बारे भी दस तू ये दस भी रेखा ते बिंदू विच की फर्क है? रेखा ते बिंदू च तां जी आही फर्क है जी बई रेखा फिल्मां विच हीरो नाल गाना गाउंदी सी ते बिंदू तकरीबन बदमाशां दे अड्डियां ते ही गाउंदी ते नचदी सी जी वैलन सी जी वैलन। पर मास्टर जी रेखा पता नहीं की खांदी आ जी अजे भी पटाका लगदी आ पटाका। मैं ताइयो कहना चलिया बई जे तू पढ़ लिख के किते नौकर लग खे मरदिया नौकरियां वाले नौकरी नालों तो मेरी गायकी 100 गुणे वधिया है। तेरी गायकी लै सुन लो अखे एक ऊं कमली दूजा पैगी सिव्यां दे रा तू तर जाएगा गायक बन के। ओए मूर्ख तू त्या अजकल जमाना ही गायकी दा है मंगत्यां तो लैके लीडरां तक हर कोई गायकी दे आसरे नाल ही अपना तोरी फुलका तोरदा है। मंगते भी गाउंदे आ? आहो कल मैं अपने बस अड्डे ते खड़ा सी एक मंगता मैनू आके कहिंदा इक तेला दे दे मैनू होर बाबू साहब इक तेला दे दे मैनू होर चाह भी आ पीनी रोटी भी आ खानी परोठा तू खवा दे भुख तोड़ बाबू साहब इक तेला दे दे मैनू होर। एक होर मंगता एक अध खड़ जी जनानी नू केरी खड़ा अल्लाह दे नाते मैनू आटा दे कपड़ा पराना कोई पाटा दे भरिया दुध दा बाटा दे ओ बीबी ओ बीबी मेरी गल क्यों नहीं सुनदी ओ बीबी आ ओ बीबी आ। रहन दे ओ रहन दे। की रहन दे तू ते अजकल होर ते होर बुढ़िया मर्ग वाले घरे जाके वैन भी गा के पौंदियां ने। गा के वैन ओ किवें? लै सुन लै ए भी बुढ़िया मर्ग वाले घरे जाके कन गियां नी ए की हो गया नी तन कुरे हो हो जौना मर गया गड्डी जवान दी चढ़ गया हो मरे जानी दा बड़ा ही खराब सी हाय हाय।
ਇਹੋ ਜੇ ਵੈਣ ਪਾਉਂਦੀਆਂ ਨੇ ਵੀ ਮਰਿਆ ਪਿਆ ਬੰਦਾ ਉੱਠ ਕੇ ਕਹਿ ਦਿੰਦਾ ਬਈ ਭੂਆ ਮੇਰੇ ਤੇ ਵੈਣ ਪਾਓ, ਮੈਨੂੰ ਮਾਣਕ ਦੀ ਕਲੀ ਨਾ ਸੁਣਾਓ। ਓਏ ਤੂਤਿਆ, ਦੁੱਖ ਤੇ ਕੱਲਾ ਉਹਨੂੰ ਹੁੰਦਾ ਜਿਹਦੇ ਕੋਈ ਸਕਾ ਮਰਿਆ ਹੋਵੇ। ਬਾਕੀ ਬੁੜੀਆਂ ਤਾਂ ਉਹੀ ਲੰਬੇ ਲੰਬੇ ਘੁੰਡ ਕੱਢ ਕੇ ਵੈਣਾਂ ਦੇ ਕੋਰਸ ਵਾਸਤੇ ਜਾਂਦੀਆਂ ਨੇ। ਐਡੇ ਐਡੇ ਲੰਬੇ ਲੰਬੇ ਘੁੰਡ ਕੱਢੇ ਹੁੰਦੇ, ਅੱਧੀਆਂ ਤਾਂ ਵਿਚਾਰੀਆਂ ਖੰਭਿਆਂ 'ਚ ਵੱਜ ਕੇ ਵਾਪਸ ਮੁੜ ਆਉਂਦੀਆਂ। ਜਿਹੜੀ ਡਿੱਗਦੀ ਟਿਕਾਉਂਦੀ ਮਰਗ ਵਾਲੇ ਘਰੇ ਪਹੁੰਚ ਵੀ ਜਾਂਦੀ ਆ, ਉਹ ਵੈਣ ਪਾਉਂਦੀ ਐ ਲੱਗਦੀ ਆ ਜਿਵੇਂ ਕੋਈ ਲਾਂਭਾ ਦੇ ਰਹੀ ਹੋਵੇ। ਉਹ ਕਿਵੇਂ? ਲੈ ਉਹ ਵੀ ਸੁਣ, ਬੁੜੀਆਂ ਮਰੇ ਪਏ ਬੰਦੇ ਦੇ ਸਰਾਣੇ ਬੈਠ ਕੇ ਕਰਨ ਲੱਗ ਜਾਂਦੀਆਂ ਨੇ। ਨੀ ਦੇਖ ਲਾ ਦਲੀਪੋ, ਵਕਤ ਦਾ ਕੁਝ ਨਹੀਂ ਪਤਾ ਲੱਗਦਾ ਭੈਣੇ, ਹਜੇ ਕੱਲ ਦੀ ਗੱਲ ਆ। ਆ ਮੁੱਕਣ ਵਾਲਾ ਕੋਨੇ ਦੇ ਬਾਪੂ ਨੂੰ ਆਂਦਾ ਵੀ ਤਾਇਆ ਮੈਨੂੰ 100 ਰੁਪਇਆ ਧਾਰਾ ਤਾਂ ਦੇ, ਮੈਨੂੰ ਲੋੜ ਆ। ਭਾਈ ਰੱਬ ਦਾ ਲੱਖ ਲੱਖ ਸ਼ੁਕਰ ਆ, ਕੋਨੇ ਦੇ ਬਾਪੂ ਕੋਲੇ 100 ਰੁਪਇਆ ਹੀ ਹੈ ਨਹੀਂ ਸੀ। ਕੀ ਪਤਾ ਸੀ ਇਹਨੇ ਕੱਲ ਨੂੰ ਮੁੱਕ ਜਾਣਾ ਹੈ ਮੇਰਿਆ ਪਿਆਰਿਆ ਪੁੱਤਾ। ਓਏ ਤੂਤਿਆ, ਆ ਸੱਸਾਂ ਸੱਸਾਂ ਮਰਨ ਵਾਲੇ ਦਾ ਹੋਰ ਜਲੂਸ ਕੱਢ ਦਿੰਦੀਆਂ ਨੇ। ਉਹ ਕਿਵੇਂ? ਨੀ ਸੱਚੀ ਗੱਲ ਆ, ਜਵਾਈ ਤਾਂ ਕਾਲੇ ਨਾਗ ਹੁੰਦੇ ਆ, ਨਾਗ ਪਤਾ ਨੀ ਭੈਣੇ ਕਿਹੜੇ ਵੇਲੇ ਡੰਗ ਮਾਰਦੇ ਹਨ। ਆ ਮੁੱਕਣ ਵਾਲਾ ਘੋਗਾ ਜਦੋਂ ਕਦੇ ਸਾਡੇ ਘਰ ਜਾਂਦਾ ਸੀ, ਅਸੀਂ ਇਹਦੀ ਪੂਰੀ ਆਉ ਭਗਤ ਕਰਨੀ। ਨੀ ਮੈਨੂੰ ਕੀ ਪਤਾ ਸੀ ਮੇਰੀ ਕੁੜੀ ਨੂੰ ਅੱਧ ਵਿਚਾਲੇ ਧੋਖਾ ਦੇ ਜੂ। ਹਾਏ ਵੇ ਮੇਰਿਆ ਪਿਆਰਿਆ ਪੁੱਤਾ, ਵੇ ਤੂੰ ਦੱਸ ਤਾਂ ਜਾਂਦਾ ਤੇਰੇ ਬਾਅਦ ਮੇਰੀ ਕੁੜੀ ਦਾ ਕੀ ਬਣੂ। ਬਈ ਦੱਸ, ਮਰਨ ਵਾਲਾ ਕੀ ਦੱਸ ਕੇ ਜਾਵੇ ਵੀ ਮੇਰੇ ਬਾਅਦ ਹੁਣ ਤੁਹਾਡੀ ਕੁੜੀ ਦਾ ਆ ਬਣੂ। ਉਹ ਚੱਲਿਆ, ਰੱਬ ਨੇ ਬੁੜੀਆਂ ਨੂੰ ਸੁਭਾਵਿਕ ਤੌਰ ਤੇ ਬਣਾਇਆ ਹੀ ਇਹੋ ਜਿਹਾ ਹੈ। ਮੌਕੇ ਅਨੁਸਾਰ ਉਹਨਾਂ ਨੂੰ ਆਪਣੀ ਸੰਸਕ੍ਰਿਤੀ ਨਿਭਾਉਣੀ ਪੈਂਦੀ ਹੈ। ਨਾ ਜੇ ਤੂੰ ਬੜਾ ਬੁੜੀਆਂ ਦੀ ਪੈਰਵਾਈ ਕਰਨ ਲੱਗਿਆ। ਮੈਂ ਬੁੜੀਆਂ ਦੀ ਪੈਰਵਾਈ ਨਹੀਂ ਕਰਦਾ, ਅਸਲੀਅਤ ਦੱਸਦਾ। ਜੇ ਤੂੰ ਜਨਾਨੀਆਂ ਦੀ ਸੰਸਕ੍ਰਿਤੀ ਬਾਰੇ ਜਾਣਦਾ ਹੁੰਦਾ ਤਾਂ ਹੁਣ ਨੂੰ ਤੇਰਾ ਵਿਆਹ ਨਾ ਹੋ ਗਿਆ ਹੁੰਦਾ। ਵਿਆਹ ਤਾਂ ਮੇਰਾ ਧੂਤਿਆ ਬਸ ਹੁੰਦਾ ਹੁੰਦਾ ਰਹਿ ਗਿਆ। ਹੁੰਦਾ ਹੁੰਦਾ ਰਹਿ ਗਿਆ, ਉਹ ਕਿਵੇਂ? ਤੈਨੂੰ ਪਤਾ ਜਦੋਂ ਮੇਰਾ ਮੈਰਿਜ ਬਿਊਰੋ ਸ਼ਹਿਰ ਵਿੱਚ ਹੁੰਦਾ ਸੀ, ਉਦੋਂ ਮੇਰੇ ਕੋਲ ਅਲੱਗ ਅਲੱਗ ਥਾਵਾਂ ਤੋਂ 3 ਕੁੜੀਆਂ ਦੇ ਰਿਸ਼ਤੇ ਆਏ। ਮੈਂ ਸੋਚਿਆ ਵੀ ਲੋਕਾਂ ਨੂੰ ਰਿਸ਼ਤੇ ਕਰਾਉਣ ਤੋਂ ਪਹਿਲਾਂ ਕਿਉਂ ਨਾ ਆਪਾਂ ਆਪਣੀ ਕਿਸਮਤ ਅਜਮਾਈਏ। ਇਹ ਸੋਚ ਕੇ ਮੈਂ ਨੰਜੀ ਅਮਲੀ ਨੂੰ ਨਾਲ ਲਿਆ ਤੇ ਵਧੀਆ ਕੁੜਤਾ ਪਜਾਮਾ ਪਾ ਕੇ ਤੁਰ ਪਿਆ ਕੁੜੀ ਦੇਖਣ। ਕੀ ਦੱਸਾਂ ਧੂਤਿਆ, ਮਾੜੀ ਕਿਸਮਤ ਮੇਰੀ। ਅਜੇ ਅਸੀਂ ਦੋਨੇ ਜਾਣੇ ਆਪਣੇ ਪਿੰਡ ਵਾਲੇ ਗੁਰਦੁਆਰੇ ਦੇ ਮੋੜ ਤੇ ਪਹੁੰਚੇ ਸੀ, ਪਿੱਛੋਂ ਘੁੱਦਾ ਟਰੈਕਟਰ ਲੈ ਕੇ ਆਇਆ ਤੇ ਉਹਦਾ ਟਰੈਕਟਰ ਦਾ ਪਹੀਆ ਪਾਣੀ ਵਿੱਚ ਪੈ ਗਿਆ ਤੇ ਮੇਰਾ ਪਜਾਮਾ ਸਾਰਾ ਗਾਰੇ ਨਾਲ ਲਿਬੜ ਗਿਆ। ਫਿਰ ਮੈਂ ਕਿਹਾ ਵੀ ਲਿਬੜੇ ਪਜਾਮੇ ਨਾਲ ਕੁੜੀ ਦੇਖਣ ਜਾਣਾ ਠੀਕ ਨਹੀਂ, ਤੇ ਕੋਈ ਹੋਰ ਪਜਾਮਾ ਮੇਰੇ ਕੋਲ ਹੈ ਨਹੀਂ ਸੀ। ਮੈਂ ਆਪਣੀ ਸਮੱਸਿਆ ਦੱਸੀ ਨੰਜੀ ਨੂੰ। ਬਈ ਮੈਂ ਕਿਹਾ ਕੁੜੀ ਵਾਲਿਆਂ ਨੇ ਤਾਂ ਮੈਨੂੰ ਵੇਖਣਾ, ਲਿਬੜਿਆ ਪਜਾਮਾ ਤਾਂ ਨੰਜੀ ਸਿਆ ਤੇਰੇ ਵੀ ਚੱਲੂ। ਨੰਜੀ ਮੰਨ ਗਿਆ ਤੇ ਓਲੇ ਜੋ ਹੋ ਕੇ ਅਸੀਂ ਬਦਲੇ ਇੱਕ ਦੂਜੇ ਨਾਲ ਪਜਾਮੇ ਤੇ ਤੁਰ ਪਏ ਕੁੜੀ ਦੇਖਣ। ਬੱਸ ਚੜ ਕੇ ਪਹੁੰਚ ਗਏ ਪਹਿਲੀ ਕੁੜੀ ਦੇ ਘਰ। ਚਾਹ ਪਾਣੀ ਤੋਂ ਵੇਲੇ ਹੋ ਕੇ ਉਹਨਾਂ ਨੇ ਲਿਆ ਬਿਠਾਇਆ ਕੁੜੀ ਨੂੰ ਮੂਹਰੇ, ਉਹਦੀਆਂ ਸਹੇਲੀਆਂ ਵੀ ਨਾਲ। ਉਹ ਪੁੱਛਣ ਲੱਗੀਆਂ ਵੀ ਮੁੰਡਾ ਕਿਹੜਾ ਹੈ। ਮੈਥੋਂ ਪਹਿਲਾਂ ਹੀ ਨੰਜੀ ਬੋਲ ਪਿਆ, ਦੇਖੋ ਜੀ ਮੁੰਡਾ ਤਾਂ ਇਹ ਆ, ਪਰ ਜੀ ਪਜਾਮਾ ਮੇਰਾ ਜਿਹੜਾ ਇਹਦੇ ਪਾਇਆ ਹੋਇਆ। ਉਹ ਕਹਿੰਦੀਆਂ ਛੱਡੋ ਨੀ ਛੱਡੋ, ਜਿਹਦੇ ਕੋਲੇ ਪਾਉਣ ਨੂੰ ਆਪਦਾ ਪਜਾਮਾ ਨੀ 2 ਮੀਟਰ ਦਾ, ਉਹ ਸਾਡੀ ਕੁੜੀ ਨੂੰ ਕੀ ਖਿਲਾਊ ਪਿਲਾਊ, ਅਸੀਂ ਨੀ ਕੁੜੀ ਦੇਣੀ ਇਸ ਨੰਗ ਨੂੰ। ਬਾਹਰ ਆ ਕੇ ਮੈਂ ਨੰਜੀ ਅਮਲੀ ਨੂੰ ਕਿਹਾ, ਬਈ ਤੈਨੂੰ ਕੀ ਲੋੜ ਸੀ ਪਜਾਮੇ ਵਾਲੀ ਗੱਲ ਛੇੜਨ ਦੀ, ਤਾਂ ਇੱਥੋਂ 2 ਘੜੀ ਚੁੱਪ ਨੀ ਬੈਠ ਹੋਇਆ। ਉਹ ਚੱਲ ਕੋਈ ਗੱਲ ਨੀ, ਚੱਲਿਆ ਹੌਸਲਾ ਕਿਉਂ ਢਾਉਣਾ, ਜੇ ਇੱਕ ਕੁੜੀ ਨਾਲ ਰਿਸ਼ਤਾ ਹੱਥੋਂ ਨਿਕਲ ਗਿਆ ਤਾਂ ਦੂਜੀ ਦਾ ਹੋਜੂ, ਤੂੰ ਆ ਮੇਰੇ ਨਾਲ। ਇਹ ਕਿਹੜੀ ਗੱਲ ਆ ਚੱਲਿਆ, ਆ ਮੇਰਾ ਵੀਰ। ਚੱਲਿਆ ਫਿਰ ਕੀ ਹੋਇਆ? ਫਿਰ ਕੀ, ਅਸੀਂ ਬੱਸ ਫੜ ਕੇ ਪਹੁੰਚ ਗਏ ਅਗਲੇ ਘਰ। ਅਗਲੇ ਘਰ ਫਿਰ ਕੁੜੀਆਂ ਨੇ ਪੁੱਛਿਆ ਵੀ ਸਾਡੇ ਹੋਣ ਵਾਲੇ ਜੀਜਾ ਜੀ ਕਿਹੜੇ ਨੇ। ਅਮਲੀ ਨੇ ਫਿਰ ਉੱਥੇ ਪਾਤਾ ਪੰਗਾ, ਦੇਖੋ ਜੀ ਤੁਹਾਡਾ ਜੀਜਾ ਤਾਂ ਇਹੀ ਮੁੰਡਾ ਤੇ ਜਿਹੜਾ ਇਹਦੇ ਪਜਾਮਾ ਪਾਇਆ ਉਹ ਵੀ ਇਹਦਾ ਹੀ ਹੈ, ਐਵੇਂ ਕੋਈ ਸ਼ੱਕ ਦਿਲ ਚ ਨਾ ਲਿਆਇਓ। ਉਹ ਕਹਿੰਦੀਆਂ ਹੈ ਸ਼ੱਕ ਕੀ ਮਤਲਬ? ਮਤਲਬ ਤਾਂ ਜੀ ਸਾਫ਼ ਹੈ, ਇਹ ਪਜਾਮਾ ਤਾਂ ਇਹਦਾ ਹੀ ਆ, ਇਹ ਤਾਂ ਹੈ ਨੀ ਵੀ ਆਹ ਪਜਾਮਾ ਲਿਬੜਿਆ ਹੋਣ ਕਰਕੇ ਮੇਰੇ ਨਾਲ ਬਦਲ ਲਿਆ ਹੋਊ। ਉਹ ਭਰਾਵਾ ਉਹਨਾਂ ਨੇ ਵੀ ਮੈਨੂੰ ਰਿਜੈਕਟ ਕਰਤਾ। ਨੰਜੀ ਬਾਹਰ ਆ ਕੇ ਮੈਨੂੰ ਕਹਿੰਦਾ, ਉਹ ਚੱਲਿਆ ਕੋਈ ਗੱਲ ਨੀ, ਮੇਰੇ ਹੁੰਦਿਆਂ ਤੂੰ ਕਾਹਦਾ ਫਿਕਰ ਕਰਦਾ, ਅਜੇ ਤੀਜੀ ਕੁੜੀ ਹੋਰ ਵੀ ਹੈਗੀ ਹੈ, ਤੂੰ ਚੱਲ ਮੇਰੇ ਨਾਲ। ਉਹ ਮੇਰੇ ਬਾਪ ਤੈਥੋਂ ਆਪਣੀ ਲੁਤਰੋ 2 ਕੜੀ ਕਾਬੂ ਚ ਨੀ ਰੱਖੀ ਜਾਂਦੀ, ਖਬਰਦਾਰ ਜੋ ਹੁਣ ਬੋਲਿਆ ਤਾਂ ਐਤਕੀ ਤੂੰ ਪਜਾਮੇ ਵਾਲੀ ਗੱਲ ਤੇ ਜਮਾ ਮਿੱਟੀ ਪਾ ਦੇ, ਜਾਣਦਾ ਰਿਹਾ ਜੇ ਪਜਾਮੇ ਵਾਲੀ ਗੱਲ ਦੱਸੀ ਆ, ਚੰਗਾ ਪਜਾਮਾ ਬਦਲਿਆ ਮੈਂ ਤੇਰੇ ਨਾਲ। ਉਹ ਚੱਲਿਆ ਸਮਝ ਲੈ ਵੀ ਮੈਂ ਪਜਾਮੇ ਵਾਲੀ ਗੱਲ ਤੇ ਮਿੱਟੀ ਪਾ ਤੀ। ਫਿਰ ਚਲੋ ਭਾਈ ਪਹੁੰਚ ਗਏ ਅਸੀਂ ਤੀਜੇ ਘਰ ਦੀ ਕੁੜੀ ਵੇਖਣ। ਚਾਹ ਪਾਣੀ ਪੀ ਕੇ ਉੱਥੇ ਫੇਰ ਕੁੜੀਆਂ ਪੁੱਛਣ ਲੱਗਿਆ ਵੀ ਮੁੰਡਾ ਕੌਣ ਹੈ। ਉਹ ਤੀਜੇ ਘਰ ਤਾਂ ਨੀ ਬੋਲਿਆ ਨੰਜੀ ਅਮਲੀ। ਬੋਲਿਆ ਕਿਉਂ ਨੀ?
ਉੱਥੇ ਫੇਰ ਆਪਣੀ ਜਬਲੀ ਕੋਟ ਗਿਆ। ਮੈਂ ਕੁੜੀਓ ਮੁੰਡਾ ਇਹੀ ਹੈ ਜਿਹੜਾ ਤੁਹਾਡੀ ਕੁੜੀ ਨੂੰ ਵੇਖਣ ਆਇਆ, ਪਰ ਪਜਾਮੇ ਵਾਲੀ ਗੱਲ ਤੇ ਹੁਣ ਮਿੱਟੀ ਪਾ ਦੋ, ਹੁਣ ਸਾਡੇ ਪਜਾਮੇ ਪਜੂਮੇ ਦਾ ਕੋਈ ਰੌਲਾ ਨਹੀਂ। ਉਹ ਚੱਲਿਆ ਬਾਹਰ, ਮੈਂ ਮੈਰਿਜ ਬਿਊਰੋ ਦਾ ਬੋਰਡ ਪੜ੍ਹ ਕੇ ਅੰਦਰ ਆਇਆ ਸੀ, ਪਰ ਮੈਂ ਸਵੇਰ ਦਾ ਤੇਰੇ ਕੋਲ ਬੈਠਾ, ਅਜੇ ਤੱਕ ਗਾਹਕ ਤਾਂ ਇੱਕ ਵੀ ਨਹੀਂ ਆਇਆ। ਨਾ ਫੇਰ ਤੂੰ ਮੈਨੂੰ ਕਹੇਗਾ ਲਾ ਕੇ ਕਹਿੰਦਾ ਹੈ, ਅੰਦਰ ਤਾਂ ਤੇਰੇ ਉਹਨਾਂ ਹਨੇਰਾ ਜਿਹਾ ਹੋਇਆ ਪਿਆ, ਅਗਲਾ ਕਹਿੰਦਾ ਸ਼ਾਇਦ ਅੰਦਰ ਕੋਈ ਹੋਣਾ ਹੀ ਨਹੀਂ, ਇੱਕ ਤਾਂ ਤੇਰਾ ਰੰਗ ਹੈ ਇਹੋ ਜਿਹਾ ਕਾਲਾ ਤੇ ਦੂਜਾ ਤੇਰਾ ਪੈੜਾ ਨੈਸ਼ ਹੈ। ਓ ਪਾਜੀ, ਇਹ ਮੈਰਿਜ ਬਿਊਰੋ ਨਾ ਹੋਰ ਤਾਂ ਇਹਨੂੰ ਡੰਗਰਾਂ ਦਾ ਹਸਪਤਾਲ ਦਿੰਦਾ, ਇਹ ਕਟੜੂ ਨੀ ਬੰਦਾ ਹੀ ਆ। ਆ ਜਾ ਆ ਜਾ, ਲੈ ਦੇਖ ਲਾ ਗਾਹਕ ਨੇ ਕੀ ਆਉਣਾ, ਅਗਲਾ ਤਾਂ ਕੁਝ ਹੋਰ ਹੀ ਸਮਝੀ ਜਾਂਦਾ। ਓ ਪਾਜੀ, ਮੈਂ ਤਾਂ ਪੁੱਛਣਾ ਸੀ ਵਿਆਹ ਕਰਵਾਉਣ ਦਾ ਕੀ ਲੈਂਦੇ ਹੋ। ਓ ਭਾਈ ਕੌਣ ਹੈ, ਅੰਦਰ ਤੇ ਆ ਜਾ ਪਹਿਲਾਂ। ਜੀ ਮੈਂ ਅੰਦਰ ਹੀ ਖੜਾ, ਜਰਾ ਨੀਚੇ ਵੇਖੋ, ਮਾਲਕੋ ਸਾਡਾ ਵੀ ਕਰਾ ਦਿਓ ਕਿਤੇ ਰਿਸ਼ਤਾ। ਓਏ ਰਿਸ਼ਤਾ ਤਾਂ ਤੇਰਾ ਕਰਾ ਦੇਂਗੇ, ਪਰ ਤੂੰ ਪਹਿਲਾਂ ਖੁੱਲ ਕੇ ਜਵਾਨ ਤੇ ਹੋ ਲੈ। ਓ ਪਾਜੀ, ਜਵਾਨੀ ਦਾ ਮੇਰੇ ਮਾਰ ਦਿਆ ਠਾਠਾ, 25 ਸਾਲ ਲੱਗਿਆ ਮਿੱਤਰਾਂ ਨੂੰ, ਫੁੱਲ ਜਵਾਨਾ ਜੱਟ। ਓਏ ਕਿਉਂ ਜਵਾਨੀ ਦੇ ਨਾਂ ਨੂੰ ਤੂੰ ਲਾਜ ਲਾਉਣਾ, ਜਾ ਆਪਦਾ ਕੰਮ ਕਰ ਜਾ ਕੇ, ਪਹਿਲਾ ਗਾਹਕ ਆਇਆ ਉਹ ਵੀ ਅੱਧਾ। ਓ ਨਹੀਂ 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 ਪਾਜੀ, ਮੇਰਾ ਨਾਂ ਅੱਧਾ ਨੀ, ਮੇਰਾ ਨਾਂ ਬੰਟੂ ਆ ਬੰਟੂ। ਓਏ ਮੈਂ ਵੀ ਤਾਂ ਇਹੀ ਕਹਿੰਦਾ, ਬੰਟੂ ਜਣੀ ਅੱਧਾ। ਅੱਛਾ ਚੱਲ ਹੋਰ ਦੱਸ ਆਪਣੇ ਬਾਰੇ, ਕੌਣ ਹੈ ਤੂੰ? ਰਿਸ਼ਤੇ ਮੇ ਤੋ ਹਮ ਤੁਮਾਰੇ ਗਾਹਕ ਹੋਤੇ ਹੈ, ਔਰ ਨਾਮ ਹੈ ਬੰਟੂ। ਓਏ ਤੂੰ ਤਾਂ ਬੰਟੂ ਤੋਂ ਸਿੱਧਾ ਲੰਬੂ ਬਣ ਗਿਆ, ਭਲਾ ਮੈਨੂੰ ਐਂ ਦੱਸ ਵੀ ਤੇਰਾ ਬਾਪੂ ਚੁੰਗੀ ਚੋਰ ਸੀ, ਤੇਰੇ ਵਰਗੀ ਭੋਰਾ ਕੀ ਚੀਜ਼ ਬਚਾ ਕੇ ਦੱਸ ਕੀ ਲੈਫਟੀਨੈਂਟ ਬਣ ਗਿਆ। ਆਪਾਂ ਸੇ ਮਜ਼ਾਕ ਨਹੀਂ ਕਰਨੇ ਕਾ, ਕਿਉਂਕਿ ਆਪਣ ਬੜਾ ਕੜਕ ਆਦਮੀ ਹੈ, ਕਿਆ ਸਮਝਾ, ਜੇ ਚੱਕ ਰੋਕੜਾ ਬਾਕੀ ਕੰਮ ਹੋਣੇ ਕੇ ਬਾਅਦ। ਓਏ ਓਏ ਚੱਕ ਆਪਣੇ 5 ਰੁਪਏ, ਗੱਲਾਂ ਤਾਂ ਐਂ ਮਾਰਦਾ ਜਿਵੇਂ ਸੰਜੇ ਦੱਤ ਦਾ ਰਸੋਈਆ ਲੱਗਿਆ ਹੁੰਦਾ ਹੈ, ਚੱਲ ਤੋਰ ਇੱਥੋਂ, ਅਸੀਂ 1/2 ਰਿਸ਼ਤੇ ਨਹੀਂ ਕਰਵਾਉਂਦੇ, ਤੂੰ ਅੱਖੋਂ ਓਲੇ ਹੋ ਜਾ, ਐਵੇਂ ਪੈਰ ਪੂਰ ਥੱਲੇ ਆ ਕੇ ਮਿੱਧਿਆ ਜਾਏਗਾ। ਦੇਖ ਲੂੰਗਾ, ਤੁਝੇ ਵੀ ਦੇਖ ਲੂੰਗਾ, ਯਾਦ ਰੱਖਣਾ ਮੈਂ ਫੇਰ ਆਉਂਗਾ। ਲੈ ਤੂਤਿਆ, ਇਹੋ ਜਿਹੇ ਤਾਂ ਗਾਹਕ ਆਉਂਦੇ ਨੇ ਅੱਧ ਪਜੱਦੇ ਜੇ, ਇਹਦੇ ਨਾਲੋਂ ਤਾਂ ਬਾਂਦਰੀ ਵੀ ਗੱਠ ਲੰਬੀ ਹੋਊ ਯਾਰ, ਰਿਸ਼ਤੇ ਭਾਲਦਾ। ਭਾਈ ਭਾਈ ਗੱਲ ਤਾਂ ਸੁਣੋ। ਵਧਾਈ ਹੋਵੇ ਵੇ ਵਧਾਈ, ਆ ਮੈਰਿਜ ਬਿਊਰੋ ਤੇਰਾ ਹੀ ਆ। ਉਹ ਮੈਰਿਜ ਬਿਊਰੋ ਤਾਂ ਮੇਰਾ ਹੀ ਆ, ਪਰ ਗੱਲ ਸੁਣੋ, ਨਾ ਇੱਥੇ ਕੋਈ ਵਿਆਹ ਤੇ ਨਾ ਇੱਥੇ ਕੋਈ ਮੁੰਡਾ ਜੰਮਿਆ, ਵਧਾਈ ਕਾਦੀ। ਵੇ ਤਾਂ ਮੇਰੇ ਮੂੰਹੋਂ ਹੀ ਨਿਕਲ ਜਾਂਦਾ, ਮੈਂ ਤਾਂ ਰਿਸ਼ਤੇ ਦੀ ਗੱਲ ਕਰਨ ਆਈ ਸੀ ਮੇਰੇ ਭੋਲੂ। ਰਿਸ਼ਤੇ ਦੀ ਗੱਲ? ਕਿਹਦੇ ਰਿਸ਼ਤੇ ਦੀ? ਵੇ ਮੈਂ ਆਪਣੇ ਰਿਸ਼ਤੇ ਦੀ ਗੱਲ ਕਰਨੀ ਸੀ, ਹੋਰ ਕਿਹਦੇ ਰਿਸ਼ਤੇ ਦੀ ਗੱਲ ਕਰਨੀ ਆ? ਤੂੰ ਆਪਦੇ ਰਿਸ਼ਤੇ ਦੀ ਗੱਲ ਕਰਨੀ ਆ, ਪਰ ਤੂੰ ਇੰਨਾ ਤਾਂ ਦੱਸ, ਮੇਰੀ ਅੰਮਾ ਮੇਰਾ ਮਤਲਬ ਮੇਰੇ ਬਾਪੂ, ਨਹੀਂ ਨਹੀਂ ਚੱਲ ਕੁਝ ਵੀ ਲਾ ਲਾ, ਮੈਂ ਤੇਰਾ ਰਿਸ਼ਤਾ ਕਿਸੇ ਕੁੜੀ ਨਾਲ ਕਰਾਵਾਂਗੇ, ਕਿਸੇ ਮੁੰਡੇ ਨਾਲ। ਵੇ ਤੂੰ ਮੇਰਾ ਰਿਸ਼ਤਾ ਕਿਸੇ ਸਮਾਰਟ ਜੀ, ਸੋਹਣੀ ਜੀ, ਕਿਸੇ ਗੋਰੀ ਜੀ ਕੁੜੀ ਨਾਲ ਕਰਵਾ ਦੇ ਚਿਕਨੂ। ਨੀ ਗੱਲ ਸੁਣੋ, ਤੂੰ ਐਵੇਂ ਕੋਈ ਪੰਗਾ ਪਾ ਕੇ ਤੁਰ ਜੇਗੀ, ਮਤਲਬ ਤੁਰ ਜੇਗਾ, ਭੁਗਤਣੀ ਸਾਨੂੰ ਪੈ ਜਾਣੀ ਆ, ਤੂੰ ਰਹਿਮ ਕਰ ਸਾਡੇ ਤੇ, ਨਾਲੇ ਕਿਹੜੀ ਕੁੜੀ ਤੇਰੇ ਨਾਲ ਵਿਆਹ ਕਰਵਾਊ। ਵੇ ਚੱਲ ਨਾ ਸਹੀ, ਕਿਸੇ ਵਧੀਆ ਜਿਹੇ ਮੁੰਡੇ ਨੇ ਕਰਾ ਦੇ ਚਿਕਨੂ, ਫਿਰ ਦੇਖੀ ਸੋਨੀਆ ਦੇ ਜਲਵੇ, ਨਾਲੇ ਮੇਰੇ ਉਸਤਾਦ ਨੇ ਕਿਹਾ ਕਿ ਮੇਰਾ ਵਿਆਹ ਜਲਦੀ ਹੋ ਜਾਵੇ, ਨੀ ਅੱਗੋ ਬਰਸਾਤਾਂ ਦਾ ਮੌਸਮ ਆਉਣ ਵਾਲਾ, ਨਾ ਬਰਸਾਤਾਂ 'ਚ ਤੇਰਾ ਮੁਕਲਾਵਾ ਸਲਾਬੇ ਜਾਊਗਾ, ਨਾਲੇ ਜੇ ਕਿਸੇ ਮੁੰਡੇ ਨਾਲ ਤੇਰਾ ਵਿਆਹ ਕਰਵਾਤਾ, ਤੂੰ ਤਾਂ ਉਹਦੇ ਲਈ ਡਬਲ ਖਰਚਾ ਖੜਾ ਕਰਦੇ ਕਰੇਂਗੀ। ਮੈਂ ਡਬਲ ਖਰਚਾ? ਉਹ ਕਾਹਦਾ? ਤੂੰ ਤਾਂ ਆਪਦੇ ਖਸਮ ਨੂੰ ਕਹਿ ਦਿਆ ਕਰਨਾ ਵੀ ਮੇਰੇ ਵਾਸਤੇ ਨਾਲੇ ਪਾਊਡਰ ਕਰੀਮਾ ਲਿਆ ਦੇ, ਨਾਲੇ ਸ਼ੇਵ ਦਾ ਸਮਾਨ ਲਿਆ ਦੀ। ਮੈਂ ਪਾਊਡਰ ਕਰੀਮਾ ਮੈਂ ਆਪੇ ਲੈ ਲਿਆ ਕਰੂੰ, ਉਹ ਇਕੱਲਾ ਸ਼ੇਵ ਦਾ ਹੀ ਸਮਾਨ ਲਿਆ ਦਿਆ ਕਰੇ। ਹਾਂ, ਆ ਚੱਕ ਮੇਰਾ ਵਿਜ਼ਿਟਿੰਗ ਕਾਰਡ, ਜਦੋਂ ਕੋਈ ਵਧੀਆ ਜਿਹਾ ਰਿਸ਼ਤਾ ਆਇਆ ਤਾਂ ਮੈਨੂੰ ਜ਼ਰੂਰ ਯਾਦ ਕਰ ਲਈ, ਵਧਾਈ ਹੋਵੇ। ਪਿੱਛੇ ਪਿੱਛੇ ਆਉਂਦਾ ਮੇਰੀ ਚਾਲ ਵੇਦਾਈ, ਚੀਰੇ ਵਾਲਿਆ ਵੇਖਦਾ ਆਈ ਵੇ, ਮੇਰਾ ਲੌਂਗ ਵਾਚਾ ਹਾਏ ਵੇ ਮੇਰੇ ਭੋਲੂ। ਮੈਂ ਹੈਰਾਨ ਹਾਂ ਤੂਤਿਆ, ਦੱਸ ਇਹਨੇ ਵਿਆਹ ਕਰਵਾ ਕੇ ਕੀ ਕਰਨਾ? ਉਹ ਚੱਲਿਆ, ਝੱਲਾ ਨੰਬਰ 1 ਦਾ ਰੁਤਬਾ ਤੇ ਇੱਥੋਂ ਕੋਈ ਨਹੀਂ ਖੋ ਸਕਦਾ, ਤੇ ਬਿਜ਼ਨਸ ਵਿੱਚ ਵੀ ਤੂੰ ਮੂਰਖ ਨੰਬਰ 1 ਹੈ। ਯਾਰ ਮੈਂ ਗੱਲ ਸੋਨੀਆ ਦੀ ਕਰਦਾ ਤੇ ਤੂੰ ਉਲਟਾ ਮੈਨੂੰ ਕਹੀ ਜਾਂਦਾ। ਯਾਰ ਉਲਟਾ ਨਾ ਕਹਾਂ ਤਾਂ ਹੋਰ ਕੀ ਕਹਾਂ, ਤੂੰ ਮੇਰੇ ਸਾਹਮਣੇ ਕਿੰਨੇ ਗਾਹਕ ਮੋੜਤੇ, ਜੇ ਇਕੱਲੇ ਇਕੱਲੇ ਤੋਂ 100-100 ਰੁਪਇਆ ਜਮ੍ਹਾਂ ਕਰਵਾਇਆ ਹੁੰਦਾ ਤਾਂ ਹੁਣ ਨੂੰ ਤੇਰੀ ਦਿਹਾੜੀ ਬਣ ਜਾਣੀ ਸੀ ਵਧੀਆ। ਓਏ ਤੂਤਿਆ, ਪਰ ਇਹੋ ਜੇ ਗਾਹਕਾਂ ਨੂੰ ਮੈਂ ਰਿਸ਼ਤੇ ਕਿੱਥੋਂ ਕਰਾਵਾਂ? ਉਹ ਬਥੇਰੇ ਲੋਕ ਬੇਅਰਥੇ ਜੇ ਤੁਰੇ ਫਿਰਦੇ ਆ, ਚੋਰੀ ਚੱਲ ਉਹਨਾਂ ਨੂੰ ਇੱਕ ਦੂਜੇ ਨਾਲ ਪੈਸੇ ਲੈ ਕੇ।
ਇੱਕ ਵਾਰੀ ਮੇਲ ਦਿਆ ਕਰ, ਬਸ ਯਾਰੀ ਉਹ ਆਪੇ ਨਿਭਾਈ ਜਾਂਦੇ ਹੁੰਦੇ ਆ। ਯਾਰੀ ਹੈ ਈਮਾਨ ਮੇਰਾ ਯਾਰ ਮੇਰੀ ਜ਼ਿੰਦਗੀ, ਯਾਰੀ ਹੈ ਈਮਾਨ ਮੇਰਾ ਯਾਰ ਮੇਰੀ ਜ਼ਿੰਦਗੀ। ਭਾਈ ਕਾਕਾ ਕਿਹਨੂੰ ਮਿਲਣਾ ਹੈ, ਕੌਣ ਹੈ ਤੂੰ? ਯਾਰੀ ਹੈ ਈਮਾਨ ਮੇਰਾ ਯਾਰ ਮੇਰੀ ਜ਼ਿੰਦਗੀ। ਪ੍ਰਾਣ ਸਾਹਿਬ ਦੱਸੋ ਤਾਂ ਸਹੀ, ਬੰਦਾ ਤੇਰੀ ਕੀ ਖਿਦਮਤ ਕਰ ਸਕਦਾ ਹੈ? ਉਹ ਗੁਲਬਦਨ ਗੁਲਬਹਾਰ ਲਾਲੇ ਦੀ ਜਾਨ, ਅਸਲਾਮ ਅਲੈਕਮ, ਅਸਲਾਮ ਅਲੈਕਮ। ਵੈਲਕਮ ਸਲਾਮ, ਵੈਲਕਮ ਸਲਾਮ ਪ੍ਰਾਣ ਭਾਈ। ਉਹ ਪਹਿਲੀ ਬਾਤ ਤੋ ਯੇ ਹੈ ਕਿ ਅਪਨ ਪੁਰਾਨ ਨਹੀਂ ਪਠਾਨ ਹੈ ਪਠਾਨ, ਅੱਲਾ ਕੇ ਕਰਮ ਸੇ ਖਾਕ ਦਰ ਖਾਕ ਪਾਕ ਦਰ ਪਾਕ, ਇਸ ਨਾ ਚੀਜ਼ ਕੋ ਗੱਜਾ ਪਠਾਨ ਕਹਤੇ ਹੈ, ਯਾਰੀ ਹੈ। ਉਹ ਲਾਲੇ ਦੀ ਜਾਨ, ਦੂਸਰਾ ਬਾਤ ਯੇ ਹੈ ਕਿ ਮੈਨੇ ਸੁਨਾ ਹੈ ਕਿ ਤੁਮਨੇ ਯਹਾਂ ਸ਼ਾਦੀ ਮਤਲਬ ਖਾਨਾ ਆਬਾਦੀ ਕਰਵਾਨੇ ਕਾ ਕਾਰੋਬਾਰ ਖੋਲਾ ਹੈ। ਹਾਂ ਹਾਂ, ਗੱਜੇ ਪਠਾਨ ਸ਼ਾਦੀ ਵਿਆਹ ਦਾ ਦਫ਼ਤਰ ਹੈ, ਹੁਕਮ ਕਰੋ। ਬਹੁਤ ਅੱਛਾ ਬਹੁਤ ਅੱਛਾ, ਤੋ ਹਮਾਰੇ ਲਈ ਵੀ ਕੋਈ ਖੂਬਸੂਰਤ ਸਾ ਰਿਸ਼ਤਾ ਢੂੰਡ ਕੇ ਦੋ ਯਾਰੀ ਹੈ। ਕਿਹੋ ਜਿਹਾ ਰਿਸ਼ਤਾ ਪਾਲਦਾ ਪ੍ਰਾਣ ਭਾਈ, ਮੇਰਾ ਮਤਲਬ ਪਠਾਨ ਭਾਈ? ਉਹ ਲਾਲੇ ਦੀ ਜਾਨ, ਹਮ ਤੋ ਉਸਸੇ ਸ਼ਾਦੀ ਕਰਾਉਂਗੇ ਜੋ ਤਕੜਾ ਜਵਾਨ ਹੋ, ਹਸੀਨ ਨਾਜ਼ਨੀਨ ਗੁਲਬਦਨ ਗੁਲਬਹਾਰ ਔਰ ਅਰਸ਼ੀ ਹੁਸਨ ਕਾ ਮੁਜੱਸਮਾ ਹੋ, ਯਾਰੀ ਹੈ। ਹੈ ਸ਼ਾਦੀ ਕਰਾਉਂਗੀ? ਹਾਂ, ਹਮ ਹੁਸਨ ਕਾ ਮੂਰਤ ਸੇ ਹੀ ਸ਼ਾਦੀ ਕਰਾਉਂਗੀ। ਗੱਲ ਹੈ ਬਈ, ਤੇਰੀ ਸ਼ਾਦੀ ਤਾਂ ਕਰਾ ਦੇਂਗੇ, ਪਰ ਤੈਨੂੰ ਆਪਣੀਆਂ ਮੁੱਛਾਂ ਸਫਾ ਚੱਟ ਕਰਾਉਣੀਆਂ ਪੈਣੀਆਂ। ਓ ਬਰ ਗੁਰਦਾਰ, ਮੁਝੇ ਮੁੱਛੇ ਸਫਾ ਚੱਟ ਕਿਉਂ ਕਰਾਉਣੀ ਪੜੇਗੀ? ਹੋ ਸਕਦਾ ਮੁੱਛਾਂ ਦਾ ਅਗਲਾ ਬੰਦਾ ਨਾ ਮੰਨੇ ਤਾਂ? ਅਰੇ ਓ ਕਮਬਖਤ, ਤੂੰ ਮੇਰੀ ਸ਼ਾਦੀ ਕਿਸੇ ਮਰਦ ਸੇ ਕਰਾਏਗੀ? ਕਰਾਏਗੀ ਨੀ, ਕਰਾਉਂਗਾ। ਨਾਲੇ ਜਿਹੜੇ ਹਿਸਾਬ ਨਾਲ ਤੂੰ ਕਹਿੰਦਾ ਵੀ ਸ਼ਾਦੀ ਕਰਾਉਂਗੀ ਸ਼ਾਦੀ ਕਰਾਉਂਗੀ, ਉਹਦੇ ਹਿਸਾਬ ਨਾਲ ਤੇ ਮੈਂ ਤੈਨੂੰ ਕੋਈ ਲੜਕਾ ਹੀ ਲੱਭ ਕੇ ਦਿਉ, ਤੇ ਮੇਰਾ ਦਾਵਾ ਵੀ ਤੈਨੂੰ ਬਲਵੀਰ ਬੋਪਾ ਰਾਏ ਨੂੰ ਵਧੀਆ ਲੜਕਾ ਕਿਤੇ ਲੱਭ ਹੀ ਨਹੀਂ ਸਕਦਾ। ਓ ਲਾਲੀ ਦੀ ਜਾਨ, ਇਹ ਬਲਵੀਰ ਬੋਪਾ ਰਾਏ ਕੌਣ ਹੈਗੀ? ਹੈਗੀ ਨੀ, ਹੈਗਾ। ਓ ਬਲਵੀਰ ਬੋਪਾ ਰਾਏ ਨਾਲੇ ਆਪੇ ਗਾਣੇ ਲਿਖਦਾ ਨਾਲੇ ਆਪੇ ਗਾਉਂਦਾ। ਮੇਰਾ ਦਾਵਾ ਵੀ ਤੈਨੂੰ ਇਸ ਤੋਂ ਵਧੀਆ ਵਾਰ ਕਿਤੇ ਲੱਭ ਹੀ ਨਹੀਂ ਸਕਦਾ। ਉਹ ਲਾਲੇ ਦੀ ਜਾਨ, ਤੂੰ ਮੇਰਾ ਮਜ਼ਾਕ ਉਡਾਤੀ। ਉਹ ਨਾਲੇ ਮੈਂ ਲਾਲੇ ਦੀ ਜਾਨ ਨੀ, ਜੱਟ ਦਾ ਪੁੱਤ ਹੈ। ਉਹ ਮੈਂ ਤਾਂ ਤੈਨੂੰ ਇਹ ਕਹਿੰਦਾ ਸੀ ਵੀ ਤੂੰ ਥੋੜਾ ਜਿਹਾ ਲੇਟ ਹੋ ਗਿਆ, ਜੇ 5 ਮਿੰਟ ਪਹਿਲਾਂ ਆ ਜਾਂਦਾ ਤੇਰੀ ਗੱਲ ਹੁਣੇ ਬਣ ਜਾਣੀ ਸੀ, ਸੋਨੀਆ ਨਾਲ ਤੇਰਾ ਵਿਆਹ ਕਰਵਾ ਦੇਣਾ ਸੀ। ਕਰਾਉਂਗੀ ਕਿ ਕਰਾਏਗਾ ਇਹ ਤੂੰ ਆਪੇ ਵੇਖੀ ਜਾਂਦਾ। ਓਕੇ, ਹਮ ਜਾਤੀ ਹੈ। ਅਰੇ ਕਿਆ ਹਮ ਉਸ ਕਮਬਖਤ ਸੋਨੀਆ ਸੇ ਸ਼ਾਦੀ ਕਰਾਏਗੀ? ਕੈਸਾ ਖਟੀਆ ਸ਼ਾਦੀ ਕਾ ਕਾਰੋਬਾਰ ਖੋਲ ਰੱਖਾ ਹੈ, ਹਮ ਕਿਸੀ ਔਰ ਮੈਰਿਜ ਬਿਊਰੋ ਮੇ ਜਾਏਗੀ, ਤੇਰੇ ਪਾਸ ਕਭੀ ਨਹੀਂ ਆਏਗੀ, ਕਭੀ ਨਹੀਂ ਆਏਗੀ। ਯਾਰੀ ਹੈ ਈਮਾਨ ਮੇਰਾ ਯਾਰ। ਤੂਤਿਆ, ਰੱਬ ਨੇ ਵੀ ਅਜੀਬ ਅਜੀਬ ਮਾਡਲ ਬਣਾਏ ਹੋਏ ਨੇ। ਮੈਨੂੰ ਤਾਂ ਲੱਗਦਾ ਵੀ ਇਹੋ ਜਿਹੇ ਮਾਡਲਾਂ ਕਰਕੇ ਮੇਰਾ ਧੰਦਾ ਇੱਥੇ ਵੀ ਚੌਪਟ ਹੋ ਜਾਣਾ, ਜਿਹੜਾ ਵੀ ਆਉਂਦਾ ਗਾਉਂਦਾ ਹੀ ਆਉਂਦਾ ਯਾਰ। ਬੀਤੀ ਜਾਏ ਬੀਤੀ ਜਾਏ ਓਰੀ ਸਜਣੀਆ, ਕਮਸਿਨ ਉਮਰੀਆ ਹਮਾਰ, ਅਰੇ ਓ ਗੋਰੀਆ ਕਬ ਹੋਈਗਾ ਦਰਸਨ ਤਿਹਾਰ, ਓ ਗੋਰੀਆ ਕਬ ਹੋਈਗਾ ਦਰਸਨ ਤਿਹਾਰ। ਅਰੇ ਓ ਛਮੀਆਂ ਕੇ ਬਾਮਰੇ ਸੱਜਣਾ, ਚੱਲ ਬਾਹਰ ਨਿਕਲ ਇੱਥੋਂ, ਇੱਥੇ ਕੋਈ ਭਈਆ ਰਾਣੀ ਕੰਮ ਨਹੀਂ ਕਰਦੀ। ਅਰੇ ਬਾਈ, ਮੈਨੇ ਕਬ ਕਹੀਓ ਕਿ ਇਹਾਂ ਕੋਈ ਪਈਆ ਰਾਣੀ ਕੰਮ ਕਰਤ ਰਹੀ, ਮੈਂ ਤੂੰ ਇਹਾਂ ਸ਼ਾਦੀ ਬਨਵਾਨੇ ਕੇ ਵਾਸਤੇ ਆਇਆ ਹੂੰ ਬਈਆ। ਓਏ, ਇੱਥੇ ਬੰਦਿਆਂ ਦੇ ਰਿਸ਼ਤੇ ਕਰਵਾਏ ਜਾਂਦੇ ਆ, ਪਈਆਂ ਦੇ ਨਹੀਂ। ਕਿਉਂ ਭਾਈ, ਪਾਈਆ ਬਾਂਦਾ ਨਹੀਂ ਹੁੰਦੀ ਹੈਗਾ? ਮੈਨੂੰ ਕਿਤੇ ਪੰਜਾਬੀ ਨਹੀਂ ਆਉਂਦਾ ਹੈਗੀ? ਤੁਸੀਂ ਪੰਜਾਬੀ ਲੋਕ ਪਾਈਆਂ ਨੂੰ ਬਾਂਦਾ ਨਹੀਂ ਸਮਝਦੀ ਹੈਗਾ? ਅਰੇ ਜਿਵੇਂ ਤੁਹਾਡੇ ਦੇਸ਼ ਕਾ ਨਾਮ ਪੰਜਾਬ ਹੈਗੀ, ਉਵੇਂ ਸਾਡੇ ਦੇਸ਼ ਕਾ ਨਾਮ ਬਿਹਾਰ ਹੈਗੀ। ਜਿਵੇਂ ਇੱਥੇ ਕੇ ਪੰਜਾਬੀ ਲੋਕ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਪਈਆਂ ਵਾਂਗੂ ਕੰਮ ਕਰਦੀ ਹੈਗੀ, ਤੇ ਇੱਥੇ ਕੋਠੀ ਪਾ ਕੇ ਟੌਰ ਮਾਰਦੀ ਹੈਗੀ, ਅਸੀਂ ਪਈਏ ਵੀ ਬਿਹਾਰ ਵਿੱਚੋਂ ਇੱਥੇ ਆ ਕੇ ਨਾਲੇ ਚੰਡਾ ਗਾੜ ਕੇ ਬਦਮਾਸ਼ੀ ਕਰਦੀ ਹੈਗੀ ਨਾਲੇ ਟੌਰ ਮਾਰਦੀ ਹੈਗੀ। ਸਰਦਾਰ ਲੋਕ ਤੋਂ ਐਸ ਕਰਦੀ ਹੈਗੀ, ਉਹਨਾਂ ਦਾ ਸਾਰਾ ਕੰਮ ਅਸੀਂ ਪਈਏ ਤੇ ਸਾਡੀ ਪਈਆ ਰਾਣੀ ਕਰਦੀ ਹੈਗੀ। ਜਦੋਂ ਸਰਦਾਰਾਂ ਕੋ ਖੇਤੋਂ ਮੈਂ ਸਾਡੇ ਸੋਨੇ ਸੋਨੇ ਕਾਲੇ ਕਾਲੇ ਪਈਏ ਤੇ ਸੋਹਣੀ ਸੋਹਣੀ ਕਾਲੀ ਕਾਲੀ ਪਈਆ ਰਾਣੀ ਜਦੋਂ ਚੌਲ ਲਾਂਦੀ ਹੈਗਾ, ਏਦਾਂ ਲੱਗਦਾ ਸਰਦਾਰ ਜੀ ਜਿਵੇਂ ਖੇਤਾਂ ਵਿੱਚ ਕਾਲਾ ਕਾਲਾ ਪੂਤ ਫਿਰਦੀ ਹੈਗਾ। ਬਠਿੰਡੀ ਵਾਲੀ ਬੱਕਲਰ ਸਿੱਧੂ ਤੇ ਸੁਖਮਿੰਦਰ ਸੁੱਕੀ ਵਾਂਗੂ ਸਾਡੀਆਂ ਵੀ ਬੜੀ ਕੈਸਤਾਂ ਆਉਂਦੀ ਹੈਗੀ, ਫਿਲਮੇ ਆਉਂਦੀ ਹੈਗੀ। ਸਾਡੀ ਫਿਲਮੇ ਹੈਗੀ ਪਈਏ ਪੰਜਾਬ ਕੇ, ਗੁੱਸਾ ਪਈਏ ਕਾ, ਪਈਏ ਕੀ ਫੈਮਿਲੀ। ਸਾਡੀ ਆਉਣ ਵਾਲੀ ਫਿਲਮ ਹੈਗੀ ਬਦਲਾ ਪਈਆ ਰਾਣੀ ਕਾ, ਸੁਖਮਿੰਦਰ ਸੁੱਕੀ ਵਾਂਗੂ ਸਾਡੀ ਵੀ ਪੰਗੜੀ ਵਾਲੇ ਗੀਤ ਬੜੀ ਹਿੱਟ ਹੋਈ ਹੈਗੀ। ਸਾਡਾ ਪੰਗੜੀ ਵਾਲਾ ਹਿੱਟ ਗੀਤ ਹੋਈ ਹੈਗੀ ਪੁੱਤ ਪਈਆਂ ਦੀ ਬੁਲਾਉਂਦੀ ਹੀ ਬੱਕਰੀ, ਮੋਢਿਆਂ ਤੇ ਲਾਲ ਕੱਪੜੇ, ਬੱਲੀਏ ਬੱਲੀਏ ਛੇਤੀ ਛੇਤੀ ਚੌਲ ਖਾਲਾ ਚੋਨਾ ਲਾਉਣ ਚੱਲੀਏ ਡਰੀ। ਅਸੀਂ ਆਉਣ ਵਾਲੀਆਂ ਵੋਟਾਂ ਵਿੱਚ ਵੀ ਬੜਾ ਖਾਰੂ ਪਾਣੀ ਹੈਗੀ, ਪਹਿਲੇ ਸਰਪੰਚੀ ਫਿਰ MLE,
ਫਿਰ ਐਮਪੀ ਤੇ ਸਰਦਾਰ ਜੀ ਉਹ ਦਿਨ ਦੂਰ ਨਹੀਂ ਹੈਗੀ ਜਦੋਂ ਪੰਜਾਬ ਦਾ ਪ੍ਰਧਾਨ ਮੰਤਰੀ ਸਾਡਾ ਪਈਆ ਹੀ ਬਣੂ ਕਿਆ ਸਮਝੀ ਚੁੱਕਦੇ ਨਹੀਂ ਹੈਗੀ ਅਸੀਂ ਫੱਟੀ ਡਰੀ ਨਵੇਂ ਤਮਾਸ਼ੇ ਬਾਰਾਂ ਵਿੱਚੋਂ ਚੌਵੀ ਘੰਟੇ ਰਹਿੰਦਾ ਪਰਸਨ ਝੱਲਾ ਨੰਬਰ 1